पहला सारे असं लेबर ही करते चलने भाई जे कणक बढ़न जाना या कोई होर भी काम कार करना गड्डिया गुड्डिया लेबर ज मार्केट च लाते हैं बापू कहना अब तक मैं कुछ नहीं जोड़िया है ਐਂ ਵੀ ਹੋਇਆ ਵੀ ਕਲੱਬਾਂ ਵਾਲਿਆਂ ਨੂੰ ਕਿਹਾ ਹੋਵੇ ਭਾਈ ਮੈਂ ਤਾਂ ਫੇਰ ਆਊਂਗਾ ਜਦੋਂ ਗੁੱਡੀ ਚੜ੍ਹੀ ਸੀ ਪੂਰੀ ਵੀ ਤੁਹਾਨੂੰ ਪਤਾ ਹੀ ਆ ਹੁਣ ਮੈਂ ਸਾਂਝੇ ਹੁੰਦੇ ਜਾਂ ਕਿਵੇਂ ਜਦੋਂ ਰੇਡਰ ਢੇਰੀਆਂ ਤੋਂ ਤੁਰਦਾ ਸੀ ਤਾਂ ਆਮ ਹੀ ਲੋਕਾਂ ਦੇ ਵਿੱਚ ਹੁੰਦਾ ਸੀ ਵੀ ਜੇ ਕੰਮ ਫੜੂਗਾ ਤਾਂ ਇੱਥੋਂ ਬਗਲਾਂ ਭਰ ਕੇ ਟੰਗੀ ਲਾ ਕੇ ਸਿੱਟੂਗਾ ਹਾਂ ਕਈ ਵਾਰ ਹੋਇਆ ਵੀ ਇੱਕ ਦੋ ਵਾਰੀ ਸੱਟ ਲੱਗੀ ਵੀ ਲੱਤ ਲਾਉਣ ਨਾਲ ਤਕਰੀਬਨ ਮੋਟਰਸਾਈਕਲ ਤਾਂ ਬਿੱਟੂ ਭਰਾ 107-8 ਹੋਣਗੇ ਜਿੱਤੇ ਹਨਾ ਦੂਰੋਂ ਦੂਰੋਂ ਲੋਕਾਂ ਦੇਖਣ ਆਉਣਾ ਵੀ ਹਾਂ ਯਾਰ ਇਹ ਕਿੰਦੇ ਘਰੇ ਦਾ ਜਾਂਚ ਲੱਗੀ ਪਈ ਆ ਮੋਟਰਸਾਈਕਲਾਂ ਦੀ12 ਜਦੋਂ ਮੈਂ ਪਿੰਡ ਆਇਆ ਇੱਥੇ ਡੈਕ ਲਾ ਕੇ ਨੱਚੀ ਜਾਣਾ ਸ਼ਾਮ ਦੇ ਟਾਈਮ ਡੇਲੀ ਨੱਚਣਾ ਜਦੋਂ ਅੰਬੀ ਵੀ ਹੁੰਦਾ ਹੀ ਸੀਗਾ ਕਾਲੂ ਫੁੱਲਪੁਰ ਵਾਲਾ ਬਹੁਤ ਘੱਟ ਫੜਿਆ ਜਾਂਦਾ ਨਵੇਂ ਪਲੇਅਰਾਂ ਨੂੰ ਆਏ ਆ ਵੀ ਅਸੀਂ ਅੱਜ ਕਬੱਡੀ ਖੇਡਣ ਲੱਗੇ ਕੱਲ੍ਹ ਨੂੰ ਸਟਾਰ ਬਣ ਜੇ ਹੈ ਨਾ ਇਹ ਪ੍ਰੋਡਕਟਾਂ ਦਾ ਸਹਾਰਾ ਲੈਂਦੇ ਪਲੇਅਰ ਕੀ ਕਰਦੇ ਆ ਪਲੇਅਰ ਪ੍ਰੋਡਕਟ ਖਾ ਕੇ ਜੀ ਅਬਲਾ ਸਬਲਾ ਖਾ ਕੇ ਵੀ ਮੈਂ ਛੇਤੀ ਤਿਆਰ ਹੋ ਗਿਆ ਰਾਤੋਂ ਰਾਤ ਤਕੜੇ ਹੋਣ ਨੂੰ ਕਰਦੇ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ ਡੇਲੀ ਆਵਾਜ਼। ਸਤਿ ਸ਼੍ਰੀ ਅਕਾਲ ਡੇਲੀ ਆਵਾਜ਼ ਵੇਖ ਰਹੇ ਸਾਰੇ ਦੋਸਤਾਂ ਦਾ ਮੈਂ ਬਿੱਟੂ ਚੱਕ ਵਾਲਾ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ ਸਾਡੀ ਟੀਮ ਜਿਹੜੀ ਅੱਜ ਪੁੱਜੀ ਹੋਈ ਹੈ ਮਾਲਵੇ ਦੇ ਮਸ਼ਹੂਰ ਪਿੰਡ ਹਠੂਰ ਦੇ ਵਿੱਚ। ਹਠੂਰ ਪਿੰਡ ਦਾ ਨਾਂ ਕਬੱਡੀ ਦੀ ਦੁਨੀਆ ਦੇ ਵਿੱਚ ਇਸ ਪਿੰਡ ਦੇ ਏਕਮ ਨੇ ਮਸ਼ਹੂਰ ਕੀਤਾ। ਏਕਮ ਕਬੱਡੀ ਦਾ ਇੱਕ ਅਜਿਹਾ ਜਾਫੀ ਹੈ ਜਿਸ ਨੂੰ ਕਬੱਡੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਈ ਜਾਣਿਆ ਜਾਂਦਾ। ਏਕਮ ਦਾ ਕਬੱਡੀ ਦੇ ਵਿੱਚ ਖੌਫ ਹੈ। ਦੁਨੀਆ ਦਾ ਕੋਈ ਰੇਡਰ ਹੋਵੇਗਾ ਜਿਸ ਨੂੰ ਏਕਮ ਨੇ ਨਹੀਂ ਜੱਫਾ ਲਾਇਆ। ਏਕਮ ਦੀ ਜ਼ਿੰਦਗੀ ਨੂੰ ਜਾਣਨ ਲਈ, ਏਕਮ ਦੀ ਜ਼ਿੰਦਗੀ ਬਾਰੇ ਸੁਣਨ ਦੇ ਲਈ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਾਡੇ ਨਾਲ ਏਕਮ ਦੀ ਮੁਲਾਕਾਤ ਕਰਾਈ ਜਾਵੇ। ਅੱਜ ਡੇਲੀ ਵਾਜ ਦੀ ਟੀਮ ਵਿਸ਼ੇਸ਼ ਤੌਰ 'ਤੇ ਏਕਮ ਦੀ ਜ਼ਿੰਦਗੀ ਦੀ ਇਕੱਲੀ ਇਕੱਲੀ ਗੱਲ ਤੁਹਾਡੇ ਨਾਲ ਸਾਂਝੀ ਕਰੇਗੀ। ਅੱਜ ਸਾਡੇ ਨਾਲ ਬਾਈ ਏਕਮ ਹਠੂਰ ਰਾਜ ਰਹਿਣਗੇ, ਕਬੱਡੀ ਦਾ ਉਹ ਮਹਾਨ ਹਸਤਾਖਰ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਆਇਆਂ ਨੂੰ ਬਾਈ ਜੀ। ਏਕਮ ਬਾਈ, ਕਬੱਡੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕੋਈ ਇਨਸਾਨ ਹੋਏਗਾ ਜਿਹੜਾ ਤੁਹਾਨੂੰ ਨਹੀਂ ਜਾਣਦਾ ਹੋਏਗਾ। ਏਕਮ ਤੇ ਕਬੱਡੀ, ਕਬੱਡੀ ਹੈ ਤੇ ਏਕਮ, ਦੋਨੋਂ ਇੱਕੋ ਜਿਹੇ ਨਾਂ ਲੱਗਦੇ ਨੇ। ਹਾਂਜੀ। ਮੈਨੂੰ ਸੁਣਨ 'ਚ ਮਿਲਿਆ ਸੀ ਬਾਈ ਏਕਮ ਹਠੂਰ ਦੇ ਪਰਿਵਾਰ ਨੇ ਜਿਹੜੀ ਪਹਿਲਾਂ ਬਹੁਤ ਜ਼ਿਆਦਾ ਗਰੀਬੀ ਕੱਟੀ ਹੈ, ਸੱਚੀ ਹੈ ਗੱਲ? ਹਾਂ ਜੀ, ਆਪਾਂ ਜਮਾਂ ਜਿੱਦਾਂ ਹੇਠਾਂ ਉੱਠੇ ਹੋਏ ਹਾਂ ਜੀ, ਤੇ ਪਹਿਲਾਂ ਸਾਰੇ ਅਸੀਂ ਲੇਬਰੀ ਕਰਦੇ ਸੀ, ਤਿੰਨੇ ਭਰਾ ਹੀ। ਅੱਛਾ, ਤਿੰਨੋਂ ਭਰਾ ਹੀ? ਹਾਂ, ਤਿੰਨੋਂ ਭਰਾ ਲੇਬਰ ਕਰਦੇ ਸੀ ਤੇ ਬਾਅਦ ਦੇ ਵਿੱਚੋਂ ਚਲੋ ਪਹਿਲਾਂ ਘਰ ਦੇ ਵਿੱਚ ਮੈਂ ਹੀ ਖੇਡਣ ਲੱਗਿਆ। ਅੱਛਾ। ਤੇ ਬਾਅਦ ਦੇ ਵਿੱਚ ਦੂਜੇ ਦੋਨੇ ਬ੍ਰਦਰ ਲੱਗ ਗਏ। ਹਾਂਜੀ। ਬੇਸ਼ੱਕ ਤੁਸੀਂ ਨਿਰਭੈ ਤੇ ਨਾਨਕ ਤੋਂ ਛੋਟੇ ਹੋ ਤਿੰਨੋਂ ਭਰਾਵਾਂ ਦੇ ਵਿੱਚੋਂ। ਹਾਂਜੀ। ਪਰ ਪਹਿਲਾਂ ਤੁਸੀਂ ਖੇਡਣ ਲੱਗੇ? ਪਹਿਲਾਂ ਹਾਂ, ਮੈਂ ਖੇਡਣ ਲੱਗਾ ਜੀ ਉਹਨਾਂ ਤੋਂ ਜੀ। ਦੂਜੀ ਜਿਹੜੀ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ ਵੀ ਏਕਮ ਜਿਹੜਾ ਉਹ ਸਮਾਂ ਸੀ ਜਦੋਂ ਗਰੀਬੀ ਦੇ ਦਿਨ ਸੀਗੇ, ਉਦੋਂ ਮਨ 'ਚ ਕਿਤੇ ਸੀਗਾ ਵੀ ਮੈਂ ਕਬੱਡੀ ਦਾ ਸਟਾਰ ਬਣਾਂਗਾ ਜਾਂ ਇੱਥੇ ਤੱਕ ਪਹੁੰਚਾਂਗਾ? ਨਾ ਜੀ, ਪਹਿਲਾਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇੱਦਾਂ ਸਟਾਰ ਬਣ ਜਾਂਗੇ। ਅੱਛਾ। ਤੇ ਜਾਂ ਇੱਦਾਂ ਬਾਹਰ ਚਲੇ ਜਾਵਾਂਗੇ ਜਾਂ ਇੰਨੇ ਹੋ ਜਾਂਗੇ। ਜਦੋਂ ਲੱਗਿਆ ਖੇਡਣਾ ਸਾਰਾ ਕੁਛ ਵੀਰੇ ਆਪਦੇ ਆਪ ਹੀ ਬਿੱਟੂ ਭਰਾ ਹੋ ਹੀ ਗਿਆ। ਅੱਛਾ। ਹਾਂ, ਆਪਣੇ ਆਪ ਹੀ ਹੋਈ, ਆਪਣੇ ਆਪ ਹੀ ਹੋਈ ਆ, ਕਦੇ ਸੋਚਿਆ ਨਹੀਂ ਸੀਗਾ ਇੰਨਾ। ਹਾਂ, ਇੱਕ ਗੱਲ ਜ਼ਰੂਰ ਸੀ ਵੀ ਮਿਹਨਤ ਬਹੁਤ ਕੀਤੀ ਆ। ਅੱਛਾ। ਹਾਂ, ਮਿਹਨਤ 4-4, 5-5 ਘੰਟੇ ਕਰਦਾ ਰਿਹਾ ਇਕੱਲੇ ਖੁਦ। ਹਾਂ, ਇਕੱਲੇ ਖੁਦ, ਕੋਈ ਕੋਚ ਨਹੀਂ ਸੀ, ਆਪਦੇ ਆਪ ਹੀ ਕਰਦੇ ਰਹੇ। ਅੱਛਾ। ਲੋਕਾਂ ਤਾਂ ਕਈ ਵਾਰੀ ਮਨ ਦੇ ਵਿੱਚ ਇਹੋ ਮੈਨੂੰ ਖੁਦ ਨੂੰ ਸੀਗਾ ਵੀ ਏਕਮ ਨੂੰ ਸ਼ਾਇਦ ਖਨੀ ਕਿਹਨੇ ਤਰਾਸਿਆ ਹੋ, ਜਿਹੜਾ ਤੁਹਾਡੀ ਡੀਲ ਡੋਲ, ਤੁਹਾਡਾ ਸਰੀਰ ਵੇਖ ਕੇ ਇਦਾਂ ਲੱਗਦਾ ਵੀ ਬਹੁਤ ਤਕੜੀ ਜਿਮ ਲਾਈ। ਨਹੀਂ ਨਹੀਂ, ਮੇਰੇ ਗਰਾਊਂਡਾਂ ਵਧੀਆ ਬਣੀਆਂ ਹੋਈਆਂ ਪਿੰਡ ਠੂਰ ਇੱਥੇ ਜੀ, ਤੇ ਤਕਰੀਬਨ ਮਿਹਨਤ ਸਾਰੀ ਆਪਦੇ ਆਪ ਹੀ ਕਰਦਾ। ਏਕਮ ਬਾਈ, ਪੜ੍ਹਨ ਦਾ ਕਿੱਥੋਂ ਤੱਕ ਮੌਕਾ ਮਿਲਿਆ? ਜਿਹੜਾ ਸਕੂਲ ਆਏ ਤੁਹਾਡਾ ਬਚਪਨ ਦਾ ਸਕੂਲ ਆਪਾਂ ਜਿਹਦੇ ਵਿੱਚ ਤੁਰ ਫਿਰ ਰਹੇ ਹਾਂ ਇਸ ਵਕਤ? ਹਾਂ ਜੀ, ਇੱਥੇ ਮੈਂ ਪਲੱਸ 2 ਇੱਥੇ ਕੀਤੀ ਆ ਜੀ, ਤੇ ਇੱਥੇ ਗੇਮ ਸ਼ੁਰੂ ਕੀਤੀ ਸੀਗੀ ਮੈਂ ਪਹਿਲਾਂ, ਤੇ ਇੱਥੋਂ ਹੀ ਪੜ੍ਹਾਈ ਪੂਰੀ ਕੀਤੀ ਆ, ਬਸ ਪਲੱਸ 2 ਤੋਂ ਬਾਅਦ ਮੈਂ ਪੜ੍ਹਿਆ ਨਹੀਂ ਹੈਗਾ ਜੀ। ਅੱਛਾ। ਹਾਂ, ਕਿਉਂਕਿ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਮੈਨੂੰ, ਬਾਹਰ ਜਾਣਾ ਪੈਂਦਾ ਸੀਗਾ ਜਦੋਂ, ਉਦੋਂ ਮੈਂ BA 'ਚ ਐਡਮਿਸ਼ਨ ਰਹੀ ਆ ਮੇਰੀ ਸਰਦਾਰ ਕਾਲਜ ਜੀ ਜੀ, ਪਰ ਜਦੋਂ ਟੈਸਟ ਹੁੰਦੇ ਸੀ ਮੈਨੂੰ ਬਾਹਰ ਜਾਣਾ ਪੈਂਦਾ ਸੀ। ਅੱਛਾ। ਤੇ ਬਾਹਰ ਜਾਣਾ ਕਰਕੇ ਬਸ ਵਿੱਚ ਹੀ ਰਹਿ ਗਈ ਪੜ੍ਹਾਈ, ਵਿੱਚ ਹੀ ਰਹਿ ਗਈ। ਹਾਂ ਜੀ। ਤੁਹਾਡਾ ਨਾਂ, ਤੁਹਾਡੇ ਖਾਸ ਕਰਕੇ ਤੁਹਾਡੇ ਤਿੰਨੇ ਭਰਾਵਾਂ ਦਾ ਨਾਂ ਬੜਾ ਪਿਆਰਾ ਨਾਂ, ਏਕਮ, ਨਾਨਕ, ਨਿਰਭੈ। ਮੈਨੂੰ ਪਤਾ ਲੱਗਿਆ ਤੁਹਾਡੇ ਮਾਪੇ ਵੀ ਅਨਪੜ੍ਹ ਨੇ ਤੇ ਮਿਹਨਤੀ ਬੇਸ਼ੱਕ ਬਹੁਤ ਜ਼ਿਆਦਾ ਨੇ, ਇੰਨੇ ਪਿਆਰੇ ਨਾਂ ਕਿਵੇਂ ਰੱਖੇ? ਏਕਮ ਨਾਂ ਕਿਹਨੇ ਰੱਖਿਆ? ਇਹ ਮੇਰੇ ਬਾਪੂ ਨੇ ਰੱਖੇ ਸੀ। ਬਾਪੂ ਨੇ ਜਿੱਦਾਂ ਸਾਡੇ ਜੰਮਣ ਤੋਂ ਪਹਿਲਾਂ ਹੀ ਸੋਚਿਆ ਹੋਇਆ ਸੀ, ਬਾਪੂ ਦੱਸਦਾ ਹੁੰਦਾ ਆਪ ਜੀ ਵੀ ਸਾਡਾ ਪਹਿਲੇ ਸੋਚਿਆ ਹੋਇਆ ਸੀਗਾ ਇੱਦਾਂ ਕਰਕੇ ਵੀ ਤੁਹਾਡੇ ਨਾਂ ਰੱਖਣੇ ਆ। ਅੱਛਾ। ਵੀ ਪਹਿਲੇ ਰੱਖਦੇ ਸੀਗੇ ਨਾਂ ਜਿੱਦਾਂ। ਹਾਂ,
ਬਈ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਬਈ ਜਦੋਂ ਤੁਸੀਂ ਕਬੱਡੀ ਦੇ ਵਿੱਚ ਆਪਣਾ ਪੈਰ ਧਰ ਲਿਆ ਸੀ ਉਸ ਤੋਂ ਬਾਅਦ ਤੁਸੀਂ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੇ ਵਿੱਚ ਜਾਂਦੇ ਹੋ ਉੱਥੇ ਬੜੇ ਚਰਚੇ ਹੋਏ ਬੜੇ ਸ਼ਾਨਦਾਰ ਜੱਫੇ ਹੁੰਦੇ ਸੀ ਦੁਨੀਆਂ ਟਰਾਲੀਆਂ ਤੇ ਟਰੱਕਾਂ ਤੇ ਪਹੁੰਚਦੀ ਹੁੰਦੀ ਸੀ ਵੀ ਇਹ ਕੰਮ ਵੇਖਣਾ ਯਾਰ ਤੇ ਉਸ ਅਕੈਡਮੀ ਦੇ ਵਿੱਚ ਐਂਟਰੀ ਕਿਵੇਂ ਹੋਈ ਸੀਗੀ ਤੁਹਾਡੀ ਉੱਥੇ ਮੈਂ ਪਹਿਲਾਂ ਮੈਂ ਜੋ ਸਕੂਲਾਂ ਦੇ ਮੈਚ ਖੇਡ ਰਿਹਾ ਸੀਗਾ ਸਕੂਲਾਂ ਦਾ ਨਾ ਫਾਈਨਲ ਮੈਚ ਸਟੇਟ ਲੈਵਲ ਦੇ ਮੋਗੇ ਹੋਏ ਸੀ ਉੱਥੇ ਮੇਰੀ ਮੱਖਣ ਡੀਬੀ ਚੜੈਕ ਨਾਲ ਮੁਲਾਕਾਤ ਹੋਈ ਉੱਥੇ ਤੇ ਉੱਥੇ ਬਸ ਉਹਨਾਂ ਨੇ ਆਪਦੀ ਅਕੈਡਮੀ 'ਚ ਖੇਡਣ ਲਾ ਲਿਆ ਮੈਨੂੰ ਉੱਥੇ ਅੱਛਾ ਹਾਂ ਜਦੋਂ ਅਕੈਡਮੀ ਦੇ ਵਿੱਚ ਸੀਗੇ ਉਸ ਵਕਤ ਤੁਹਾਨੂੰ ਲੱਗਦਾ ਸੀਗਾ ਵੀ ਕਿਤੇ ਨਾ ਕਿਤੇ ਬਾਹਰ ਵੀ ਜਾਵਾਂਗੇ ਜਾਂ ਕਦੇ ਨਾ ਕਦੇ ਕੋਈ ਮੌਕਾ ਮਿਲੂ ਯਾਰ ਜਹਾਜ਼ ਦੀ ਟਾਕੀ ਨੂੰ ਪਹਿਲਾਂ ਤਾਂ ਕੁਝ ਨਹੀਂ ਸੋਚਿਆ ਸੀ ਜਦੋਂ ਪਤਾ ਲੱਗ ਗਿਆ ਵੀ ਹਾਂ ਵੀ ਹੁਣ ਆਪਾਂ ਖੇਡ ਵੀ ਸਕਦੇ ਮੈਂ ਵਧੀਆ ਖੇਡਣ ਲੱਗ ਗਿਆ ਚਲੋ ਨਾਂ ਬਣ ਗਿਆ ਲੋਕਾਂ ਦਾ ਪਿਆਰ ਮਿਲਣ ਲੱਗ ਗਿਆ ਚਲੋ ਉਹ ਤਾਂ ਮਨ 'ਚ ਇੱਛਾ ਉਹ ਜਾਗ ਪਈ ਵੀ ਹਾਂ ਵੀ ਬਾਹਰ ਵੀ ਜਾਈਏ ਵੀ ਹੋਰ ਵੀ ਖੇਡੀਏ ਹੋਰ ਵੀ ਤਰੱਕੀ ਕਰੀਏ ਹੈ ਨਾ ਭਰਾਵਾਂ ਦਾ ਤੁਹਾਡਾ ਤਿੱਕੜੀ ਆ ਜਿਹੜੀ ਕਬੱਡੀ ਦੇ ਵਿੱਚ ਉਹ ਆਮ ਤੌਰ ਤੇ ਦੇਖਦੇ ਆ ਕਬੱਡੀ ਦੇ ਵਿੱਚ ਜਿਹੜੇ ਦੋ ਦੋ ਖਿਡਾਰੀ ਆ ਉਹ ਮਸ਼ਹੂਰ ਹੋਏ ਨੇ ਤੁਸੀਂ ਤਿੱਕੜੀ ਤਿੰਨ ਭਰਾਵਾਂ ਦੀ ਤੇ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਇਕੱਠੇ ਜਾਂਦੇ ਰਹੇ ਇੱਕੋ ਜਹਾਜ਼ ਦੇ ਵਿੱਚ ਇੱਕੋ ਸੀਟਾਂ ਤੇ ਬਹਿ ਕੇ ਜਾਂਦੇ ਰਹੇ ਬਰੋ ਬਰਾਬਰ ਤੇ ਨਾਨਕ ਤੇ ਨਿਰਭੈ ਦਾ ਸਾਥ ਕਿਹੋ ਜਿਹਾ ਰਿਹਾ ਏਕਮ ਨੂੰ ਜ਼ਿੰਦਗੀ 'ਚ ਹਾਂ ਜੀ ਫਿਰ ਸਾਥ ਤਾਂ ਉਹਨਾਂ ਨੇ ਮੈਨੂੰ ਬਹੁਤ ਰਿਹਾ ਜਿੱਦਾਂ ਹੁਣ ਅਸੀਂ ਲੇਬਰ ਕਰਦੇ ਕੰਮ ਵਗੈਰਾ ਕਰਦੇ ਸੀਗੇ ਮੈਨੂੰ ਉਹਨਾਂ ਨੇ ਕੰਮ ਤੋਂ ਜਮੀ ਵਿਹਲਾ ਛੱਡਤਾ ਸੀਗਾ ਵੀ ਹਾਂ ਵੀ ਤੂੰ ਕੱਲੀ ਕਬੱਡੀ ਵੀ ਖੇਡ ਅੱਛਾ ਚਲੋ ਜਦੋਂ ਮੈਂ ਬਾਹਰ ਜਾਣ ਲੱਗ ਗਿਆ ਫਿਰ ਹੌਲੀ ਹੌਲੀ ਫਿਰ ਉਹਨਾਂ ਨੂੰ ਵੀ ਮੈਂ ਨਾਲ ਖੇਡਣ ਲਾ ਲਿਆ ਨਾਲ ਫਿਰ ਉਹ ਵੀ ਬਾਹਰ ਗਏ ਜੀ ਤੇ ਬਸ ਇਦਾਂ ਹੀ ਸੈਟਿੰਗ ਹੋ ਗਈ ਸਾਰਿਆਂ ਦੀ ਬਈ ਤੁਸੀਂ ਲੇਬਰ ਦੀ ਗੱਲ ਕੀਤੀ ਮੇਰੇ ਮਨ 'ਚ ਫਿਰ ਉਹੀ ਸਵਾਲ ਆ ਰਿਹਾ ਵੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਹੋ ਕਿ ਲੇਬਰ ਵੀ ਕੀਤੀ ਉਹ ਸਮਾਂ ਵੀ ਸੀਗਾ ਜਦੋਂ ਤੁਸੀਂ ਕਣਕਾਂ ਵੱਢਦੇ ਹੁੰਦੇ ਸੀ ਆ ਹਾੜੀ ਦੇ ਦਿਨ ਨੇ ਤੇ ਫੜਾਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੁਸੀਂ ਮੰਡੀਆਂ 'ਚ ਵੀ ਜਾਂਦੇ ਹੁੰਦੇ ਸੀਗੇ ਥੋੜਾ ਜਿਹਾ ਦੱਸੋ ਖੁੱਲ੍ਹ ਕੇ ਬਈ ਕਿਵੇਂ ਹੁੰਦਾ ਸੀ ਕਿਵੇਂ ਤਿੰਨੇ ਭਾਈ ਜਾਂਦੇ ਹੁੰਦੇ ਸੀ ਕਿਵੇਂ ਕੋਈ ਰੋਟੀ ਲੈ ਕੇ ਆਉਂਦਾ ਹੁੰਦਾ ਸੀ ਪਿੱਛੇ ਉਦੋਂ ਇੱਦਾਂ ਸੀ ਦੇਖੋ ਮੈਂ ਤਾਂ ਇਹਨਾਂ ਨੇ ਮੈਨੂੰ ਬੱਚਿਆਂ ਵਾਂਗੂ ਹੀ ਰੱਖਿਆ ਪਹਿਲੇ ਦਿਨ ਤੋਂ ਜੀ ਕੰਮ ਕੁੰਮ ਇਹ ਸਾਰਾ ਆਪ ਹੀ ਕਰਦੇ ਸੀ ਆਪ ਹੀ ਤਕਰੀਬਨ ਤਾਂ ਜੇ ਕਣਕ ਵੱਢਣ ਜਾਣਾ ਜਾਂ ਕੋਈ ਹੋਰ ਵੀ ਕੰਮ ਕਾਰ ਕਰਨਾ ਗੱਡੀਆਂ ਗੁੱਡੀਆਂ ਲੇਬਰ ਦਾ ਮਾਰਕੀਟ 'ਚ ਲਾਉਂਦੇ ਸੀ ਜੀ ਸਾਰਾ ਕੁਛ ਉਹ ਆਪ ਹੀ ਕਰਦੀ ਮੈਨੂੰ ਤਾਂ ਤਕਰੀਬਨ ਇਹਨਾਂ ਫ੍ਰੀ ਹੀ ਛੱਡ ਰੱਖਿਆ ਸੀਗਾ ਅੱਛਾ ਇੱਕ ਛੋਟਾ ਕਰਕੇ ਚਲੋ ਇੱਕ ਪਿਆਰ ਵੀ ਘਰ ਦੇ ਵਿੱਚ ਥੋੜੇ ਬੱਚੇ ਨੂੰ ਪਿਆਰ ਵੱਧ ਕਰਦੇ ਆ ਹੋ ਸਕਦਾ ਆਪਾਂ ਨੂੰ ਫ੍ਰੀ ਛੱਡ ਰੱਖਿਆ ਸੀ ਜੀ ਜੀ ਆਜੋ ਭਾਈ ਫਿਰ ਬਹਿ ਕੇ ਕਰਦੇ ਦੋ ਚਾਰ ਗੱਲਾਂ ਬਾਤਾਂ ਅਗਲੀ ਏਕਮ ਬਾਈ ਜਿਵੇਂ ਤੁਸੀਂ ਦੱਸਿਆ ਵੀ ਇੰਨੀ ਗਰੀਬੀ 'ਚੋਂ ਪਰਿਵਾਰ ਲੰਘਿਆ ਮਾਪਿਆਂ ਨੇ ਬੜੀ ਗੁਰਬਤ 'ਚੋਂ ਪਾਲਿਆ ਤੁਹਾਨੂੰ ਇੰਨੀ ਮਿਹਨਤ ਮੁਸ਼ਕਤ ਕਰਕੇ ਤੁਸੀਂ ਖੁਦ ਦਿਹਾੜੀਆਂ ਤੱਕ ਕਰਦੇ ਰਹੇ ਤਿੰਨੋਂ ਭਰਾ ਜਿਹੜੀ ਸਭ ਤੋਂ ਵੱਡੀ ਗੱਲ ਮੇਰੇ ਮਨ 'ਚ ਆ ਰਹੀ ਹੈ ਕਿ ਘਰ ਦੇ ਵਿੱਚ ਇੱਕ ਭਲਵਾਨ ਪਾਲਣਾ ਔਖਾ ਹੋ ਜਾਂਦਾ ਤੁਸੀਂ ਤਿੰਨ ਖਿਡਾਰੀ ਜਿਹੜੇ ਉਹ ਵੀ ਅੰਤਰਰਾਸ਼ਟਰੀ ਪੱਧਰ ਦੇ ਅਤੇ ਉਹ ਵੀ ਤਕੜੀ ਡੀਲ ਡੋਲ ਵਾਲੇ ਖਿਡਾਰੀ ਪੈਦਾ ਹੋਏ ਤਿੰਨਾਂ ਦੀ ਖੁਰਾਕ ਦਾ ਕਿਵੇਂ ਸੀ ਘਰ ਦੇ ਵਿੱਚ ਕਿਵੇਂ ਪ੍ਰਬੰਧ ਕਰਦੇ ਸੀਗੇ ਫਿਰ ਇੰਨੀ ਔਖ ਦੇ ਵਿੱਚ ਉਹੀ ਤਾਂ ਹੈ ਵੀਰੇ ਮੈਂ ਅਸੀਂ ਤਾਂ ਆਪ ਸੋਚਦੇ ਹੁੰਦੇ ਬਾਪੂ ਸਾਡਾ ਵੀ ਧੰਨ ਆ ਜਿਹਨੇ ਸਾਨੂੰ ਤਿੰਨਾਂ ਨੂੰ ਇੱਕ ਖੁਰਾਕ ਦੇ ਕੇ ਇੱਕੋ ਜਿਹੇ ਪਾਲਿਆ ਜੀ ਇੱਕੋ ਜਿਹੇ ਕੀਤਾ ਹੈ ਨਾ ਅਸੀਂ ਵੀ ਬਾਪੂ ਨੂੰ ਪੁੱਛਦੇ ਹਾਂ ਬਾਪੂ ਕਹਿੰਦਾ ਅੱਜ ਤੱਕ ਮੈਂ ਕੁਛ ਨਹੀਂ ਜੋੜਿਆ ਹੈਗਾ ਸਾਰਾ ਕੁਛ ਵੀ ਸੋਨੇ ਵੀ ਜਿੰਨਾ ਪੈਸਾ ਕਮਾਉਣਾ ਜਾਂ ਕੁਛ ਵੀ ਤੁਹਾਡੇ ਤੇ ਲਾਤਾ ਸਾਰਾ ਕੁਛ ਸਾਨੂੰ ਹੀ ਦੇ ਦਿੰਦਾ ਖਾਣ ਪੀਣ ਤੇ ਲਾ ਦਿੰਦਾ ਸਾਰਾ ਅੱਛਾ ਹਾਂ ਜੇ ਮੰਨ ਲਓ ਦਿਹਾੜੀ ਦਾ 500 ਰੁਪਿਆ ਕਮਾਇਆ 500 ਦਾ 500 ਖਾਣ ਘਰੇ ਖਾਣ ਲਈ ਵਰਤ ਲੈਂਦੇ ਜੀ ਕੀ ਬਾਤ ਮਤਲਬ ਉਹਨਾਂ ਨੂੰ ਪੂਰੀ ਉਮੀਦ ਸੀ ਆਪਣੇ ਪੁੱਤਰਾਂ ਤੋਂ ਵੀ ਮੈਂ ਕੁਛ ਨਾ ਕੁਛ ਬਾਪੂ ਦਾ ਆਉਂਦਾ ਉਹ ਸਾਨੂੰ ਬਾਹਰ ਲੈ ਆਂਢੀ ਗਵਾਂਢੀ ਵੀ ਬੱਚੇ ਕਹਿੰਦਾ ਬਹੁਤ ਸ਼ੌਂਕ ਨਾਲ ਪਾਲਿਆ ਵੀ ਬਾਪੂ ਨੂੰ ਕੱਦੂ ਕਹਿ ਦਿੰਦੇ ਸਾਡੇ ਬਾਪੂ ਨੂੰ ਪਿੰਡ ਦੇ ਵਿੱਚ ਨਾਂ ਲੈ ਕੇ ਵੀ ਕੱਦੂ ਨੇ ਵੀ ਕਹਿੰਦਾ ਵੀ ਇਦਾਂ ਕਰੇ ਬੱਚੇ ਬਹੁਤ ਸ਼ੌਂਕ ਨਾਲ ਪਾਲਿਆ ਹੁਣ ਬਾਪੂ ਮਾਣ ਕਰਦਾ ਵੀ ਯਾਰ ਮੇਰੇ ਪੁੱਤਰਾਂ ਨੇ ਜਿੰਨੀ ਮੈਂ ਮਿਹਨਤ ਕੀਤੀ ਸੀ ਉੱਥੇ ਤੱਕ ਪਹੁੰਚਾਇਆ ਪਰਿਵਾਰ ਨੂੰ ਹਾਂ ਬਾਪੂ ਨੂੰ ਪੂਰਾ ਮਾਣ ਆ ਹੁਣ ਮਾਂ ਪਿਓ ਨੂੰ ਤਾਂ ਹੁੰਦਾ ਹੀ ਆ ਵੀ ਮੇਰੀ ਮਿਹਨਤ ਜਾਂ ਨਾ ਰੰਗ ਲੈ ਕੇ ਆਈਏ ਜਾਂ ਕੁਛ ਵੀ ਆ ਬਿਲਕੁਲ ਹੈ ਨਾ ਬਈ ਜਦੋਂ 12ਵੀਂ 'ਚ ਹੁੰਦਾ ਨਾ ਬੰਦਾ ਜਵਾਕ ਹੀ ਹੁੰਦਾ ਇੱਕ ਕਿਸਮ ਦਾ ਸਕੂਲ ਦੇ ਵਿੱਚ ਤੁਸੀਂ ਪੜ੍ਹਦੇ ਸੀ ਆਹੀ ਸਕੂਲ ਜਿੱਥੇ ਆਪਾਂ ਬੈਠੇ ਹਾਂ ਇੱਥੋਂ ਪੜ੍ਹ ਕੇ ਤੁਸੀਂ ਅੱਗੇ ਵਧੇ ਹੋ ਤੇ 12ਵੀਂ ਦੇ ਵਿੱਚ ਪੜ੍ਹਨ ਸਾਰ ਹੀ ਤੁਸੀਂ 2006 'ਚ ਕੈਨੇਡਾ ਪਹੁੰਚਦੇ ਹੋਗੇ ਤੇ ਕਿਵੇਂ ਜਾਣਾ ਬਣਿਆ ਸੀ ਪਹਿਲੀ ਵਾਰੀ ਸਬੱਬ ਇੱਕ ਛੋਟੀ ਜਿਹੀ ਉਮਰ 'ਚ ਕੈਨੇਡਾ ਜਾਣ ਦਾ ਸਬੱਬ ਕਿਵੇਂ ਉਹੀ ਹੁੰਦਾ ਵੀਰੇ ਦੇਖੋ ਬੱਚੇ ਨੂੰ ਕੋਈ ਨੌਲੇਜ ਨਹੀਂ ਹੁੰਦੀ ਪਲੱਸ ਟੂ 'ਚ ਬੱਚਾ ਹੀ ਹੁੰਦਾ ਇੱਕ ਹੈ ਨਾ ਬਿਲਕੁਲ ਤੇ ਪਲੱਸ ਟੂ ਦੇ ਵਿੱਚ ਐਂ ਬਸ ਸਕੂਲ ਦੀਆਂ ਗੇਮਾਂ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਜਿਵੇਂ ਮੈਂ ਸਟੇਟ ਦਾ ਲੈਵਲ ਦਾ ਫਾਈਨਲ ਮੈਚ ਸੀਗਾ ਸਾਡਾ ਅੱਛਾ ਉਹ ਆਪਣੇ ਮੋਗਾ ਸੀਗਾ ਜੀ ਅੱਛਾ ਮੋਗੇ ਉੱਥੇ ਡੀਪੀ ਸਾਈਡ ਦਾ ਘਰ ਵੀ ਉੱਥੋਂ ਚਲੋ ਸ਼ਹਿਰ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਉੱਥੇ ਖੇਡਦੇ ਦੇਖਿਆ ਤੇ ਉਦੋਂ ਖੇਡਣ ਸਾਰੀ ਉਹਨਾਂ ਨੇ ਮੇਰੇ ਨਾਲ ਸਾਹਮਣੇ ਆ ਕੇ ਮੇਰੇ ਕੋਲ ਉਹਦੀ ਗੱਲ ਕਰ ਲਈ ਵੀ ਤੂੰ ਮੇਰੀ ਅਕੈਡਮੀ ਲਈ ਖੇਡੇਗਾ ਅੱਛਾ ਤੇ ਉਸੇ ਸਾਲ ਅਕੈਡਮੀ ਚਲੋ ਖੇਡਣ ਲੱਗ ਗਏ ਚਲੋ ਪਰਮਾਤਮਾ ਦੀ ਮਿਹਰ ਹੋਈ ਉਸੇ ਸਾਲ ਮੈਂ ਬਾਹਰ ਚਲਾ ਗਿਆ ਬਾਹਰ ਜਾਣ ਨਾਲ ਫਿਰ ਇੰਨਾ ਹੌਸਲਾ ਹੋ ਗਿਆ ਜ਼ਿਆਦਾ ਬਈ ਜਦੋਂ ਉਦੋਂ ਬਾਅਦ ਇੱਥੇ ਇੰਡੀਆ ਵਾਪਸ ਆਇਆ ਬਸ ਦਿਨੋਂ ਦਿਨ ਤਰੱਕੀ ਹੁੰਦੀ ਗਈ ਤਰੱਕੀ ਹੋਈ ਹੁੰਦੀ ਹਾਂ ਜਦਕਿ ਮੇਰੀ ਉਮਰ ਬਹੁਤ ਛੋਟੀ ਸੀ ਉਦੋਂ ਜੀ ਜੀ ਤੇ ਬਸ ਉਦੋਂ ਬਾਅਦ ਤਰੱਕੀ ਹੁੰਦੀ ਗਈ ਫਿਰ ਜਿਵੇਂ ਦੋਨੇ ਭਰਾਵਾਂ 'ਚੋਂ ਤੁਸੀਂ ਛੋਟੇ ਪਹਿਲਾਂ ਬਾਹਰ ਗਏ ਅਤੇ ਫਿਰ ਬਾਅਦ ਦੇ ਵਿੱਚ ਕਿਤੇ ਐਂ ਵੀ ਹੋਇਆ ਵੀ ਕਲੱਬਾਂ ਵਾਲਿਆਂ ਨੂੰ ਕਿਹਾ ਹੋਵੇ ਭਾਈ ਮੈਂ ਤਾਂ ਫਿਰ ਆਊਂਗਾ ਜਦੋਂ ਗੁੱਡੀ ਚੜ੍ਹੀ ਸੀ ਪੂਰੀ ਵੀ ਮੇਰੇ ਭਰਾਵਾਂ ਦਾ ਬਰਾਬਰ
ਇਹ ਗੱਲ ਸੱਚੀ ਸੀ? ਇਹ ਗੱਲ ਸਹੀ ਆ ਜੀ, ਕਿਉਂਕਿ ਆਪਣੇ ਕੋਲ ਕੋਈ ਟੀਮ ਵਾਲਾ ਆਪ ਹੀ ਉਹਨੂੰ ਹਟ ਗਏ ਸੀ ਵੀ ਮੈਚ, ਤੁਹਾਨੂੰ ਪਤਾ ਹੀ ਆ ਹੁਣ ਮੈਚ ਸਾਂਝੇ ਹੁੰਦੇ ਜਾਂ ਕਿਵੇਂ ਵੀ ਹੁੰਦਾ, ਆਪਣੇ ਕੋਲ ਕੋਈ ਆਪ ਹੀ ਉਹਨੂੰ ਹਟ ਗਏ ਵੀ ਇਹਨਾਂ ਨੇ ਕਿਹੜਾ ਮੈਚ ਸਾਂਝਾ ਕਰਨਾ। ਬਿਲਕੁਲ ਬਿਲਕੁਲ, ਕਦੇ ਨਹੀਂ ਕੀਤਾ ਜੀ ਮੈਚ, ਕਦੇ ਨਹੀਂ ਸੀ ਕਰਦੇ ਨਾ, ਕਦੇ ਆਉਂਦੇ ਸੀ ਲੋਕ ਟੀਮਾਂ ਵਾਲੇ? ਹਾਂ ਟੀਮ ਵਾਲੇ ਆਉਂਦੇ ਸੀ ਬਹੁਤ ਵਾਰ, ਕਦੇ ਉਹਨੂੰ ਪਹਿਲਾਂ ਜਵਾਬ ਦਿੰਦੇ ਰਹੇ, ਬਾਅਦ 'ਚ ਆਪ ਹੀ ਉਹਨੂੰ ਹਟ ਗਏ। ਹੁਣ ਤਾਂ ਵਿੱਚ ਦੀ ਸਮਾਂ ਇਹ ਸੀਗਾ, ਲੋਕ ਫੋਨ ਲਵਾ ਦਿੰਦੇ ਸੀ ਜਾਂ ਕਹਿੰਦੇ ਸੀਗੇ ਅਸੀਂ ਤੁਹਾਨੂੰ ਬਾਹਰ ਦਾ ਨਹੀਂ ਬਣਾਉਣਾ ਜਾਂ ਪ੍ਰਮੋਟਰਾਂ ਤੋਂ ਫੋਨ ਕਰਵਾ ਦਿੰਦੇ ਹੋਣਗੇ, ਇਦਾਂ ਦਾ ਵੀ ਨਹੀਂ? ਨਾ ਨਾ ਨਾ, ਸਾਡੇ ਨਾ ਆਪਣੇ ਉਹਨੂੰ ਪੱਕਾ ਹੀ ਪਤਾ ਸੀ ਵੀ ਇਹਨਾਂ ਨੇ ਮੈਚ ਸਾਂਝਾ ਕਰਨਾ ਨਹੀਂ ਕਦੇ, ਹੁਣ ਹੀ ਨਹੀਂ, ਇਹਨਾਂ ਨੇ ਉਹ ਜਿਹੀ ਗੱਲ ਹੀ ਨਹੀਂ ਕਰਨੀ, ਆਪਣੇ ਕੋਲ ਆਉਣੀ ਹਟ ਗਿਆ ਆਪ ਹੀ ਜੀ। ਇੱਕ ਹੁੰਦਾ ਕਹਿੰਦੇ ਸਭ ਤੋਂ ਮਸ਼ਹੂਰ ਦਾ ਮੰਨਿਆ ਜਾਂਦਾ ਸੀ ਟੰਗੀ ਲਾ ਕੇ ਸਿੱਟਣਾ, ਹਾਂਜੀ, ਜਦੋਂ ਰੇਡਰ ਢੇਰੀਆਂ ਤੋਂ ਤੁਰਦਾ ਸੀ ਤਾਂ ਆਮ ਹੀ ਲੋਕਾਂ ਦੇ ਵਿੱਚ ਹੁੰਦਾ ਸੀ ਵੀ ਜੇ ਏਕਮ ਫੜੂਗਾ ਤਾਂ ਇੱਥੋਂ ਵਗਲਾਂ ਭਰ ਕੇ ਟੰਗੀ ਲਾ ਕੇ ਸਿੱਟੂਗਾ, ਕਿਵੇਂ ਸਿੱਖਿਆ ਸੀ ਇਹਦਾ, ਕਦੋਂ ਸ਼ੁਰੂ ਤੋਂ ਹੀ ਮਨ 'ਚ ਸੀ ਜਾਂ ਕਿਤੋਂ? ਨਹੀਂ ਨਹੀਂ, ਪਤਾ ਕੀ ਚੀਜ਼ ਹੁੰਦੀ ਆ, ਇੱਥੇ ਮੇਰੇ ਪਹਿਲਾਂ ਅੰਬੀ ਖੇਡਦਾ ਸੀਗਾ, ਅੰਬੀ ਮੇਰੇ ਪਿੰਡ ਦਾ ਸੁਣਿਆ ਹੋਣਾ ਮਸ਼ਹੂਰ ਪਲੇਅਰ ਸੀਗਾ, ਹਨਾ? ਬਿਲਕੁਲ, ਉਹ ਕਦੇ ਕਦੇ ਲੱਤ ਲਾਉਂਦਾ ਸੀਗਾ, ਉਹ ਕਦੇ ਮੇਰਾ ਕੁਦਰਤੀ ਪਹਿਲਾਂ ਲਗਾਈ ਇੰਨਾ ਪੱਕਾ ਬਣ ਗਿਆ ਆਪਦੇ ਆਪ ਹੀ। ਅੱਛਾ, ਵੀ ਮੁੜ ਕੇ ਤਾਂ ਜਿੱਦਾਂ ਵੀ ਜਿੱਦਾਂ ਸੈਟਿੰਗ ਆ ਜਾਂਦੀ ਹੁੰਦੀ ਆ ਵੀ ਮੁੜ ਕੇ ਤਾਂ ਰੇਡਰ ਵੀ ਜੇ ਉਧਰੋਂ ਰੇਡਰ ਤੁਰਦਾ ਤਾਂ ਮੇਰੀ ਇੰਨੀ ਸੈਟਿੰਗ ਆ ਜਾਂਦੀ ਸੀ ਵੀ ਆਪਦੇ ਆਪ ਹੀ ਕਈ ਵਾਰ ਵੀ ਚੀਜ਼ ਆਪਦੇ ਆਪ ਹੋਣ ਲੱਗ ਜਾਂਦੀ, ਲੱਤ ਲੱਗ ਜਾਂਦੀ, ਹਾਂ ਆਪਦੇ ਆਪ ਹੀ ਲੱਤ ਲੱਗ ਜਾਂਦੀ ਸੀ ਉਹ ਤਾਂ ਬਾਅਦ 'ਚ। ਕਿਉਂ ਤੁਹਾਨੂੰ ਮੈਂ ਨੋਟ ਕੀਤਾ ਜਦੋਂ ਰੇਡਰ ਬਾਹਾਂ ਝੁਕਾਉਂਦਾ ਸੀ ਤੁਸੀਂ ਇੱਧਰੋਂ ਡਾਜ ਦੇ ਕੇ ਲੱਤੀ ਉਹਦੇ ਪੱਟਾਂ ਤੱਕ ਲੈ ਜਾਂਦੇ, ਪਹਿਲਾਂ ਹੀ ਬਣੀ ਬਣਾਈ ਬਈ। ਤੁਹਾਡੀ ਇੱਕ ਚੀਜ਼ ਜਿਹੜੀ ਲੋਕ ਬੜੀ ਪਸੰਦ ਕਰਦੇ ਸੀ ਵੀ ਲੱਤ ਲਾਉਣੀ ਸੌਖੀ ਨਹੀਂ, ਅਗਲੇ ਦਾ ਇੱਕ ਕੁਇੰਟਲ ਵੇਟ ਪਲਟਾਉਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ, ਲੱਤਾਂ ਦੀ ਕੋਈ ਖਾਸ ਪ੍ਰੈਕਟਿਸ ਹੁੰਦੀ ਸੀ ਤੁਹਾਡੇ ਲੱਤਾਂ ਦੀ ਡੀਲ ਡੋਲ ਬਹੁਤ ਲੱਤਾਂ ਦੀ? ਹਾਂ ਜੀ, ਪ੍ਰੈਕਟਿਸ ਤਾਂ ਬਹੁਤ ਜ਼ਿਆਦਾ, ਮੈਂ ਗਰਾਊਂਡ ਦੇ ਵਿੱਚ ਚਾਰ ਚਾਰ ਤਿੰਨ ਤਿੰਨ ਘੰਟੇ ਆਮ ਹੀ ਮਿਹਨਤ ਕਰਦਾ ਸੀਗਾ। ਅੱਛਾ, ਮੇਰੇ ਪਿੰਡ ਵਾਲਿਆਂ ਨੂੰ ਪਤਾ ਵੀ ਜ਼ਿਆਦਾ ਵੀ ਜਿੱਦਾਂ 7 ਵਜੇ ਗਰਾਊਂਡ 'ਚ ਆ ਜਾਣਾ, 12-1 ਵਜੇ ਮੈਂ ਗਰਾਊਂਡ 'ਚ ਜਾਂਦਾ ਸੀਗਾ ਵੀ ਇੰਨੀ ਜ਼ਿਆਦਾ ਮਿਹਨਤ ਕਰਨੀ। ਅੱਛਾ, ਕੀ ਮਿਹਨਤ ਕਰਦੇ ਹੁੰਦੇ, ਕੀ ਕਰਨਾ? ਗਰਾਊਂਡ ਵੇਅਰ ਦੇ ਵਿੱਚ ਵੀ ਜਿੱਦਾਂ ਗਰਾਊਂਡ ਪੌੜੀਆਂ ਲਾਉਣੀਆਂ, ਗਰਾਊਂਡ ਵਰਕ, ਫਿਰ ਸਪਾਟੇ ਲਾਉਣੇ, ਹੈ ਨਾ ਜੀ। ਅੱਛਾ, ਅਤੇ ਵੈਸੇ 20-25 ਕਿਲੋਮੀਟਰ ਪਹਿਲਾਂ ਮੈਂ ਸਾਈਕਲ ਚਲਾਉਂਦਾ ਸੀਗਾ ਪਹਿਲਾਂ, ਅਤੇ ਟਾਇਰ ਹੋਣਾ, ਟਾਇਰ ਪਾ ਕੇ ਸਾਰਾ ਕਬੱਡੀ ਵਾਲਾ ਗਰਾਊਂਡ ਬਹਾਉਣਾ, ਫਿਰ ਸ਼ਾਮ ਨੂੰ ਉਸੇ ਗਰਾਊਂਡ ਦੇ ਵਿੱਚ ਕਬੱਡੀ ਖੇਡਣੀ, ਅਤੇ ਸਾਰੀ ਮਿਹਨਤ ਕੁੱਲ ਮਿਲਾ ਕੇ 4-5 ਘੰਟੇ ਬਣ ਜਾਂਦੀ ਸੀ। ਜੀ ਜੀ, ਜਦੋਂ ਟੌਪ 'ਤੇ ਸੀ ਐਨ ਸਿਖਰਾਂ ਦੇ ਉੱਪਰ ਗੁੱਡੀ ਛੂਈ ਹੋਈ ਸੀਗੀ, ਪਤਾ ਲੱਗਦਾ ਸੀ ਵੀ ਹਠੂਰ ਦਾ ਏਕਮ ਹੈ ਜਿਹੜਾ ਦੁਨੀਆ ਦਾ ਮਹਾਨ ਜਾਫੀ ਹੈ, ਉਹ ਤੁਹਾਡੇ 'ਤੇ ਸਦਾ ਹੀ ਰਹਿਣਾ ਟੈਗ, ਜਿਹੜਾ ਤੁਸੀਂ ਮਹਾਨ ਹੀ ਰਹੋਗੇ ਕਬੱਡੀ ਦੇ। ਤੇ ਕਿੰਨੇ ਕੁ ਲੋਕ ਮਿਲਣ ਆਉਂਦੇ ਹੁੰਦੇ ਸੀ ਉਦੋਂ, ਕਿੰਨਾ ਕੁ ਚਾਅ ਹੁੰਦਾ ਸੀ? ਲੋਕ ਹੁਣ ਵੀ ਬਹੁਤ ਮਿਲ ਆਉਂਦੇ ਮੈਨੂੰ। ਅੱਛਾ, ਲੋਕ ਜਿੱਦਾਂ 2-3 ਦਿਨਾਂ ਬਾਅਦ ਕੋਈ ਨਾ ਕੋਈ, ਜਿਵੇਂ ਫਿਰੋਜ਼ਪੁਰ ਤੋਂ ਹੋ ਗਿਆ, ਫਰੀਦਕੋਟ ਤੋਂ ਜਾਂ ਬਾਹਰੋਂ ਵੀ ਕਈ ਵਾਰ ਆਉਂਦੇ ਉੱਧਰੋਂ। ਅੱਛਾ, ਅਤੇ ਤਕਰੀਬਨ ਮਿਲ ਆਉਂਦੇ, ਹੁਣ ਵੀ ਬਹੁਤ ਮਿਲ ਆਉਂਦੇ, ਆਉਂਦੇ ਰਹਿੰਦੇ, ਆਉਂਦੇ ਰਹਿੰਦੇ। ਹਾਂਜੀ ਜੀ, ਵੀ ਜਦੋਂ 3 ਭਰਾਵਾਂ ਨੇ ਕਬੱਡੀ ਖੇਡਣੀ ਸ਼ੁਰੂ ਕਰਤੀ ਸੀ, ਉਸ ਵਕਤ ਜਿਹੜੀ ਤੁਹਾਡੀ ਟੀਮ ਅਮਨ ਹਠੂਰ ਮਰਹੂਮ ਜੋ ਸਾਡੇ ਵਿੱਚ ਨਹੀਂ ਰਿਹਾ, ਉਹਦੀ ਵੱਡੀ ਵੱਡੀ ਦੇਣ ਸੀ ਤੁਹਾਡੀ ਟੀਮ ਨੂੰ। ਮੈਂ ਦੇਖਿਆ ਵੀ 3-3 ਖਿਡਾਰੀ ਵੀ ਬਾਹਰੋਂ ਹੁੰਦੇ ਸੀਗੇ, 2-2 ਖਿਡਾਰੀ ਵੀ ਟੂਰਨਾਮੈਂਟਾਂ ਦੇ ਬਾਹਰੋਂ ਹੁੰਦੇ ਸੀ, ਜਿੱਥੇ 3 ਖਿਡਾਰੀ ਵੀ ਬਾਹਰੋਂ ਹੁੰਦੇ ਉੱਥੇ ਵੀ ਤੁਸੀਂ ਨਿਰੋਲ ਖੇਡ ਰਹੇ ਹੁੰਦੇ ਸੀ, ਕੀ ਚੱਕਰ ਸੀ? ਤੁਸੀਂ ਇੰਨਾ ਭਰੋਸਾ ਕਿਵੇਂ ਸੀ ਵੀ ਯਾਰ ਅਸੀਂ ਬਾਹਰੋਂ ਚਾਹੇ 3 ਖੇਡਦੇ ਹੋਣ ਮੂਹਰੇ ਅਸੀਂ ਜਿੱਤ ਲਾਂਗੇ? ਕਿਉਂਕਿ ਆਪਣੀਆਂ ਟੀਮ ਦੇ ਸਾਰੇ ਪਲੇਅਰ ਹੀ ਤਕੜੇ ਸੀਗੇ ਜੀ, ਹੁਣ 8 ਪਲੇਅਰ ਤਕੜੇ ਸੀ, 8 ਦੇ 8 ਉਹੀ 8 ਦੇ 8 ਸਾਡੇ ਪਿੰਡ ਬਾਹਰ ਖੇਡਦੇ ਸੀ, ਉਹੀ 8 ਦੇ 8 ਕੈਨੇਡਾ ਜਾਂਦੇ ਸੀ, ਉਹੀ 8 ਦੇ 8 ਅਕੈਡਮੀ 'ਚ ਖੇਡਦੇ, ਸਾਰੇ ਇਕੱਠੇ ਖੇਡਦੇ ਸਾਰੇ, ਅਤੇ ਇਕੱਠੀ ਮਿਹਨਤ ਕਰਦੇ ਸੀਗੇ, ਸਾਨੂੰ ਬਾਹਰੋਂ ਬੰਦਾ ਲੈਣ ਦੀ ਲੋੜ ਹੀ ਨਹੀਂ ਪੈਂਦੀ ਸੀ ਸਾਨੂੰ। ਅੱਛਾ, ਅਕੈਡਮੀ ਵਰਗੀ ਪਿੰਡ ਦੀ ਟੀਮ ਸੀ ਸਾਡੀ। ਬਿਲਕੁਲ, ਇੱਕ ਬਾਈ ਜਿਹੜੀ ਇੱਕ ਗੱਲ ਮੇਰੇ ਮਨ ਦੇ ਵਿੱਚ ਆਈ ਆ ਵੀ ਜਦੋਂ ਤੁਸੀਂ ਲੱਤ ਲਾ ਕੇ ਸਿੱਟਦੇ ਸੀ ਤੁਹਾਨੂੰ DP ਮੱਖਣ ਹੋਰੀ ਜਾਂ ਤੁਹਾਡੇ ਦੂਸਰੇ ਕੋਚ ਜਾਂ ਨਾਲ ਦੇ ਖਿਡਾਰੀ, ਇਹ ਗੱਲ ਸੱਚੀ ਆ ਵੀ ਕਹਿੰਦੇ ਹੁੰਦੇ ਸੀ ਵੀ ਬੂਰਾ ਜ਼ੋਰ ਲਾ ਕੇ ਨਾ ਸਿੱਟੀ, ਕਿਸੇ ਦੇ ਸੱਟ ਨਾ ਲੱਗੇ? ਹਾਂ, ਕਈ ਵਾਰ ਹੋਇਆ ਵੀ 1-2 ਵਾਰੀ ਸੱਟ ਲੱਗੀ ਵੀ ਆ ਲੱਤ ਲਾਉਣ ਨਾਲ। ਅੱਛਾ, 1-2 ਵਾਰੀ ਸੱਟ ਲੱਗੀ ਵੀ ਆ ਲਾਉਣ ਨਾਲ, ਕਹਿੰਦੇ ਸੀ ਵੀ ਇੱਦਾਂ ਕਰਕੇ ਵੀ, ਹਨਾ, ਪਰ ਹੁਣ ਕੀ ਕਰੀਏ, ਹੁਣ ਸਾਹਿਬ ਮੇਰਾ ਲਗਾ ਸੀ ਮੇਨ, ਹੁਣ ਮੈਂ ਸੱਟ ਵੀ ਨਹੀਂ ਸਕਦਾ ਸੀ ਉਹਨੂੰ। ਜੀ ਜੀ ਜੀ, ਜਦੋਂ ਪਹਿਲੀ ਵਾਰੀ ਪਿੰਡੋਂ ਤੁਰੇ ਹੋ, ਦਿੱਲੀਓਂ ਜਹਾਜ਼ ਚੜੇ ਹੋ ਤੇ ਕੈਨੇਡਾ ਉਤਰੇ ਸੀਗੇ, ਕਿਹੋ ਜਿਹਾ ਮਾਣ ਸਨਮਾਨ ਮਿਲਿਆ ਸੀ ਉੱਥੇ, ਕਿਵੇਂ ਰਹੇ ਸੀਗੇ ਮੈਚ ਪਹਿਲੀ ਵਾਰੀ ਦੇ? ਉੱਥੇ ਤਾਂ ਉਹਨਾਂ ਲਈ ਤਾਂ ਪਹਿਲਾਂ ਮੈਂ ਜਾਣ ਸਰ ਤਾਂ ਉਹਨਾਂ ਲਈ ਤਾਂ ਨਵਾਂ ਸੀਗਾ ਮੈਂ। ਅੱਛਾ, ਅਤੇ ਜਦੋਂ ਉੱਥੇ ਖੇਡ ਖੂਡ ਕੇ ਖੇਡਿਆ, ਜਦੋਂ ਸਾਰਿਆਂ ਨੂੰ, ਸਾਰਿਆਂ ਨੇ ਆਪਾਂ ਨੂੰ ਪੂਰਾ ਵਧੀਆ ਖੇਡੇ, ਜਿੱਦਾਂ ਜਿੰਨੇ ਪਲੇਅਰ ਸੀਗੇ ਸਾਰਿਆਂ ਨੂੰ ਇੱਕ 2 ਜੱਫੇ ਲਾ ਦਿੰਦਾ ਸੀ ਮੈਂ, ਜਦ ਕਿ ਬਹੁਤ ਮੇਰੀ ਛੋਟੀ ਉਮਰ ਸੀ ਉਦੋਂ। ਅਤੇ ਜਦੋਂ ਪਿੰਡ ਵਾਪਸ ਆਇਆ ਮੈਂ ਅਤੇ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਇੱਥੇ ਰੈਕੋਰਡ ਤੋਂ ਲੈ ਕੇ ਆਏ, ਗੱਡੀਆਂ ਭਰ ਕੇ ਲੈ ਕੇ ਆਏ, ਹਨਾ, ਅਤੇ ਬਹੁਤ ਮਾਨਤਾ ਦਿੱਤਾ ਹਨਾ ਪਿੰਡ ਵਾਲਿਆਂ ਨੇ, ਸਾਥ ਵੀ ਬਹੁਤ ਦਿੱਤਾ ਪਹਿਲਾਂ ਪਿੰਡ ਵਾਲਿਆਂ ਨੇ। ਤੁਸੀਂ ਅਕਸਰ ਹੀ ਕਹਿੰਦੇ ਹੁੰਦੇ ਹੋ ਬਈ ਮੈਂ ਉਮਰ 'ਚ ਛੋਟਾ ਗਾ, ਦੋਨੇ ਭਾਈਆਂ ਤੋਂ ਵੀ ਛੋਟਾ ਗਾ, ਕਿੰਨੀ ਉਮਰ ਹੈ, ਕਿਹੜੇ ਸਾਲ ਦਾ ਬਰਥ ਆ ਬਾਈ ਦਾ? ਮੇਰੀ ਆਪਣਾ ਹੈਗਾ 99 ਦਾ, 1-1-99 ਦਾ ਡੇਟ ਆਫ ਬਰਥ, 99 ਦਾ ਜਨਮ। ਹਾਂ, ਉਦਾਂ ਮੇਰੇ ਕਾਗਜ਼ਾਂ 'ਚ 1-2-88 ਚੱਲ ਰਿਹਾ ਹੈਗਾ। ਅੱਛਾ ਅੱਛਾ, ਅਤੇ ਹੁਣ ਮੇਰੀ 32 ਸਾਲ ਦੀ ਉਮਰ ਬਣਦੀ ਆ। 32 ਸਾਲ ਉਮਰ ਬਣਦੀ ਬਈ, ਜਦੋਂ ਐਨ ਪੂਰੀ ਮਿਹਨਤ ਚੱਲ
ਜਿਹੜੇ ਖਾਂਦੇ ਪੀਂਦੇ ਇਕੱਠੇ ਤਿੰਨੇ ਭਰਾ ਇਕੱਠੇ ਖਾਂਦੇ ਪੀਂਦੇ ਸੀਗੇ ਜੀ, ਘਰ ਦੀ ਖੁਰਾਕ ਹੀ ਸਾਰੀ ਬਸ। ਬਈ ਅੱਜ ਤੱਕ ਕਿੰਨੇ ਕੁ ਮੋਟਰਸਾਈਕਲ ਗੱਡੀਆਂ ਜਿੱਤੇ ਆ? ਜਿਵੇਂ ਖਿਡਾਰੀਆਂ ਲਈ ਕਬੱਡੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕਿੰਨੇ ਕੁ ਸਨਮਾਨ ਜਿੱਤ ਗਏ। ਤਕਰੀਬਨ ਮੋਟਰਸਾਈਕਲ ਤਾਂ ਬਿੱਟੂ ਭਰਾ 107-108 ਕੁ ਹੋਣਗੇ ਜਿੱਤੇ ਹਨਾ। ਅੱਛਾ, ਤੇ ਬਾਕੀ 3 ਕੁ ਨੈਣੂ ਗੱਡੀਆਂ ਸੀਗੀਆਂ ਜਿੱਤੀਆਂ। ਅੱਛਾ, ਇੱਕ ਸਵੈਫਟ ਗੱਡੀ ਨਾਲ ਸਨਮਾਨਿਤ ਹੋਇਆ ਸੀ, ਤੇ ਬਾਕੀ ਵਰਲਡ ਕੱਪ ਚ ਪ੍ਰੀ ਟ੍ਰੈਕਟਰ ਬਾਰੇ ਤੁਹਾਨੂੰ ਪਤਾ ਹੀ ਆ ਕੋਈ ਜਿੱਤਿਆ ਸੀ ਹਨਾ। ਬਿਲਕੁਲ ਬਿਲਕੁਲ, ਇੱਕ ਉਹ ਜਿੱਤਿਆ ਵੀਰੇ। ਬਈ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਦੋਨੇ ਭਰਾਵਾਂ ਨੇ ਵੀ ਤੁਸੀਂ ਜਿਹੜੇ ਮੋਟਰਸਾਈਕਲ ਗੱਡੀਆਂ ਇਕੱਠੇ ਇਕੱਠੇ ਜੋੜੀ ਦੇ ਰੂਪ ਵਿੱਚ ਜਿੱਤੇ ਆ। ਇੱਕ ਘਰ 'ਚ ਜਦੋਂ ਦੋ ਗੱਡੀਆਂ ਇਕੱਠੀਆਂ ਆਉਂਦੀਆਂ ਸੀ ਜਾਂ ਦੋ ਮੋਟਰਸਾਈਕਲ ਆਉਂਦੇ ਸੀ, ਕਿੰਨੇ ਕੁ ਮੌਕੇ ਸੀ ਜੇ? ਕਾਫੀ, ਤਕਰੀਬਨ ਪਿੰਡ ਵਾਰ ਦੇ ਮੈਚਾਂ 'ਚ ਮੇਰੇ ਮੇਨ ਰੇਡਰ ਨਿਰਭੈ ਅਤੇ ਕਮਲਾ ਮੁੰਡਾ ਹੁੰਦੇ ਸੀਗੇ, ਨਿਰਭੈ ਭਰਾ ਮੇਰਾ। ਅੱਛਾ, ਤਕਰੀਬਨ ਮੇਰੇ ਨਾਲ ਹੀ ਬੈਠ, ਜੇ ਮੈਂ ਪਿੰਡ ਵਾਰ ਦੇ ਮੈਚ ਜੇ ਮੈਂ ਬੈਸਟ ਨਿਕਲਦਾ ਸੀ, ਨਾਲ ਹੀ ਮੇਰੇ ਨਿਰਭੈ ਬੈਸਟ ਨਿਕਲਦਾ ਸੀ, ਦੋਨੋਂ ਇਕੱਠੇ ਨਿਕਲਦੇ। ਕਾਫੀ ਮੈਚ ਆ, ਰੈਕੋਟ ਹੋ ਗਿਆ, ਮਹਿਰਾਜ ਹੋ ਗਿਆ, ਪਖਰਾਲੀ, ਦਾਦਾ, ਸਰੌਂਦ, ਹੋਰ ਕਾਫੀ ਮੈਨੂੰ ਯਾਦ ਨੀ ਵੀ ਨੀ ਹੈਗੇ ਹਨਾ। ਤਕਰੀਬਨ ਅਸੀਂ ਇਕੱਠੇ ਨਿਕਲਦੇ ਸੀ, ਬੈਸਟ ਜਿੱਥੇ ਨਿਕਲਦੇ ਸੀ। ਮੈਨੂੰ ਯਾਦ ਆ ਬਾਈ, ਤੁਹਾਡੇ ਕਿਸੇ ਫੈਨ ਨੇ ਫੋਟੋ ਪਾਈ ਸੀ ਜਾਂ ਸ਼ਾਇਦ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਸੀ, ਆਪਣਾ ਘਰ ਮੋਟਰਸਾਈਕਲਾਂ ਨਾਲ ਪੂਰਾ ਭਰਿਆ ਖੜਾ ਸੀਗਾ। ਲੋਕ ਦੇਖਣ ਬਹੁਤ ਆਉਂਦੇ ਸੀਗੇ ਵੀ ਏਦਾਂ ਕਰਕੇ ਮੋਟਰਸਾਈਕਲ ਖੜੇ ਆ, ਤੇ ਦੂਰੋਂ ਦੂਰੋਂ ਲੋਕਾਂ ਨੇ ਦੇਖਣ ਆਉਣਾ ਵੀ ਹਾਂ ਯਾਰ, ਇੱਕ ਦੇ ਘਰੇ ਦਾ ਜਾਂਚ ਵੀ ਲੱਗੀ ਪਈ ਆ ਮੋਟਰਸਾਈਕਲ। ਬਿਲਕੁਲ, ਹਾਂ। ਸੋ ਬਾਈ ਆਜੋ, ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਮੈਂ ਚਾਹੁੰਦਾ ਦਰਸ਼ਕਾਂ ਨੂੰ ਉਹ ਗਰਾਊਂਡ ਦਿਖਾਈਏ ਜਿੱਥੇ ਤੁਸੀਂ ਮਿਹਨਤ ਕਰਦੇ ਹੁੰਦੇ ਸੀ, ਅੰਬੀ ਯਾਦਗਾਰੀ, ਅਮਨਾ ਯਾਦਗਾਰੀ, ਕਬੱਡੀ ਕੱਪ ਵੀ ਇਸ ਗਰਾਊਂਡ 'ਚ ਹੁੰਦਾ ਰਿਹਾ। ਆਪਾਂ ਗਰਾਊਂਡ ਵੱਲ ਨੂੰ ਚੱਲਦੇ ਹਾਂ ਬਾਈ, ਉੱਥੇ ਬਹਿ ਕੇ ਕਰਦੇ ਹਾਂ। ਹਾਂ ਵੀਰੇ, ਜ਼ਰੂਰ ਆਜੋ। ਚਲੋ ਜੀ। ਬਾਈ ਇਹ ਉਹੀ ਗਰਾਊਂਡ ਆ ਜਿੱਥੇ ਮਿਹਨਤ ਕਰ ਰਹੇ ਹੋ, ਇੱਥੋਂ ਹੀ ਬਣੇ ਹੋ ਤੁਸੀਂ ਦੁਨੀਆ ਦੇ ਸਟਾਰ। ਇੱਥੇ ਆਹੀ ਗਰਾਊਂਡ ਆਪਣਾ, ਉਹ ਪਰਲੀ ਸਾਈਡ ਕਬੱਡੀ ਵਾਲਾ ਗਰਾਊਂਡ ਆ ਜੀ, ਆਹ ਜਿੱਦਾਂ ਹਾਕੀ ਦਾ ਤੇ ਆ ਫੁੱਟਬਾਲ ਦਾ, ਤੇ ਇੱਥੇ ਮਿਹਨਤ ਲਈ ਆ ਜਿੱਦਾਂ 5-7 ਸਾਲ ਪਹਿਲਾਂ ਵੀ। ਅੱਛਾ, ਹੁਣ ਵੀ ਇੱਥੇ ਮਿਹਨਤ ਕਰਦੇ ਹਾਂ ਜੀ। ਕਈ ਵਾਰੀ ਮੈਂ ਵੇਖਿਆ ਇੱਥੇ ਇੱਕ ਟਾਇਰ ਹੁੰਦਾ, ਤੁਸੀਂ ਉਹ ਪਲਟਾਈ ਜਾਂਦੇ ਹੁੰਦੇ ਹੋ ਤੇ ਗਰਾਊਂਡ ਦੇ ਆਲੇ ਦੁਆਲੇ ਭੱਜੇ ਫਿਰਦੇ ਹੋ। ਇੱਕ ਟਾਇਰ ਪਲਟਾਉਣ ਵਾਸਤੇ ਵੱਡਾ ਰੱਖਿਆ ਹੋਇਆ। ਅੱਛਾ, ਇੱਕ ਜਿੱਦਾਂ ਵੀ ਉਦਾਂ ਮਗਰ ਪਾ ਕੇ ਨਾ ਜੀ ਜੀ, ਵੀ ਉਹਨੂੰ ਵੀ ਭੱਜੀਦਾ। ਏਕਮ ਬਾਈ, ਕਬੱਡੀ ਤੋਂ ਕਿੰਨਾ ਕੁ ਕੁਛ ਬਣਾਇਆ? ਮੈਂ ਸੁਣਿਆ ਕਹਿੰਦੇ ਏਕਮ ਨੇ ਪਲਾਟ ਵੀ ਲੈ ਲਏ ਸੀ, ਜ਼ਮੀਨ ਵੀ ਲੈ ਲਈ ਸੀ, ਇਹ ਗੱਲਾਂ ਸੱਚੀਆਂ ਨੇ ਜਾਂ ਉੱਦਾਂ ਹੀ ਉੜਦੀਆਂ ਨੇ? ਨਹੀਂ, ਹੈਗਾ ਵੀਰੇ ਆਪਣੇ ਕੋਲ ਜ਼ਮੀਨ ਵੀ ਹੈਗੀ, ਪਲਾਟ ਵੀ ਲੈ ਲਏ ਹੈਗੇ ਆਪਣੇ ਕੋਲ, ਹੁਣ ਵੀ ਹੈਗੇ ਆ। ਅੱਛਾ, ਹਾਂ ਹਾਂ, ਕਬੱਡੀ ਤੋਂ ਮਤਲਬ ਬਹੁਤ ਕੁਛ ਬਣਿਆ? ਕਬੱਡੀ ਤੋਂ ਬਹੁਤ ਕੁਛ ਮਿਲਿਆ ਵੀਰੇ, ਬਹੁਤ ਕੁਛ ਦਿੱਤਾ ਕਬੱਡੀ ਨੇ ਆਪਾਂ ਨੂੰ ਯਾਰ। ਬਾਈ 2012 ਦੇ ਵਿੱਚ ਚੱਲਦੇ ਆਪਾਂ, ਉਸ ਸਮੇਂ ਵਿਸ਼ਵ ਕਬੱਡੀ ਕੱਪ, ਵਰਲਡ ਕਬੱਡੀ ਕੱਪ ਜਦੋਂ ਦੁਨੀਆ ਵੇਖਦੀ ਸੀ, ਫਾਈਨਲ ਮੈਚ ਦੀ ਵੀ ਗੱਲ ਕਰੂੰਗਾ ਜਦੋਂ ਪਾਕਿਸਤਾਨ ਦੇ ਨਾਲ ਫਾਈਨਲ ਮੈਚ ਸੀਗਾ, ਉਹ ਮੈਚ ਦੀ ਥੋੜੀ ਗੱਲ ਦੱਸੋ, ਕਿਵੇਂ ਤਿਆਰੀ ਕੀਤੀ ਸੀ ਜਦੋਂ ਆਪਸ ਵਿੱਚ ਤੁਸੀਂ ਸਾਰੇ ਖਿਡਾਰੀ ਸੀਗੇ, ਬਾਲੇ ਵਰਗੇ ਸਾਰੇ? ਤੇ ਵੀਰੇ ਫਾਈਨਲ ਮੈਚ ਦੀ ਇੰਨੀ ਕੁ ਟੈਨਸ਼ਨ ਹੁੰਦੀ ਆ ਕਿ ਦਿਨ ਪਹਿਲਾਂ ਤਾਂ ਨੀਂਦ ਨਹੀਂ ਆਈ ਸਾਨੂੰ ਵੀ ਹਾਂ, ਇਹ ਸਾਡੇ ਕੋਚਾਂ ਨੇ ਵੀ ਪਾਕਿਸਤਾਨ, ਤੁਹਾਨੂੰ ਪਤਾ ਜਦੋਂ ਵੀ ਆਪਣੇ ਇੰਡੀਆ ਦਾ ਪਾਕਿਸਤਾਨ ਦਾ, ਹੋਰ ਵੀ ਗੇਮਾਂ ਦਾ, ਕਿਸੇ ਵੀ ਗੇਮ ਦਾ ਜੋ ਮੈਚ ਪੈਂਦਾ, ਉਹ ਬੜਾ ਖਿੱਚ ਹੋ ਜਾਂਦਾ ਲੋਕਾਂ ਦੇ, ਕਿੰਨੀ ਖਿੱਚ, ਕਿੰਨਾ ਕਰੇਜ਼ ਹੁੰਦਾ ਹੈ ਨਾ। ਬਿਲਕੁਲ, ਫਿਰ ਉਨਾ ਹੀ ਸਾਡੇ ਤੇ ਪ੍ਰਭਾਵ ਪਾਇਆ ਜਾਂਦਾ ਗਾ ਵੀ ਹਾਂ ਵੀ ਆਪਾਂ ਜਿੱਤਣਾ ਹੀ ਜਿੱਤਣਾ, ਕੁਛ ਹੋ ਜਾਵੇ, ਹਾਰਨਾ ਕੱਪ ਚੱਕਣਾ ਹੀ ਚੱਕਣਾ, ਕੱਪ ਚੱਕਣਾ ਹੀ ਚੱਕਣਾ। ਤੇ ਉਹ ਚੀਜ਼ ਨੂੰ ਲੈ ਕੇ ਫਿਰ ਇੰਨੇ ਜੋਸ਼ ਹੁੰਦੇ ਸਾਡੇ ਕੋਚਾਂ ਨੇ ਵੀ, ਇੰਨਾ ਜੋਸ਼ ਭਰਤਾ ਸੀ ਉਦੋਂ, ਤੇ ਤੁਹਾਨੂੰ ਮੈਚ ਦਾ ਤੁਹਾਨੂੰ ਬਾਅਦ 'ਚ ਤੁਹਾਨੂੰ ਪਤਾ ਹੀ ਆ, ਦੇਖਿਆ ਹੀ ਆ ਤੁਸੀਂ। ਬਿਲਕੁਲ ਬਈ, ਉਸ ਵਕਤ ਵਿਸ਼ਵ ਕਬੱਡੀ ਕੱਪ ਦੌਰਾਨ ਜਿਹੜਾ ਬਿੱਟੂ ਦਗਾਲ ਬਾਈ ਤੁਹਾਡੇ ਨਾਲ ਸੀਗਾ, ਕਬੱਡੀ ਖਿਡਾਰੀ ਤੁਹਾਡੇ ਵਾਲੇ ਕਮਰੇ 'ਚ ਸੀਗਾ, ਹਾਂ ਹਾਂ, ਨਾਲ ਸੀ, ਕੀ ਗੱਲਾਂ ਬਾਤਾਂ ਕਰਦੇ ਸੀ ਬਾਈ ਦਾ, ਕਿਹੋ ਜਿਹਾ ਸੁਭਾਅ ਸੀ ਬਾਈ ਦੀ, ਕੀ ਰਣਨੀਤੀ ਸੀ ਵਰਲਡ ਕੱਪ ਬਾਰੇ, ਤੋਂ ਉਦੋਂ ਕੀ ਗੱਲਾਂ ਹੋਈਆਂ ਸੀ? ਮੈਂ ਉਹ ਪਲੇਅਰ ਨੂੰ ਵੀ ਜਿੱਦਾਂ ਹੁਣ ਆਪਾਂ ਕਹਿੰਦੇ ਨਾ ਕਲਾਸੀਕਲ ਪਲੇਅਰ, ਉਹ ਪਲੇਅਰ ਕਲਾਸੀਕਲ ਪਲੇਅਰ ਸੀ, ਬਾਕੀ ਹੁਣ ਜਿਹੜੇ ਪਲੇਅਰ ਆ ਉਹ ਧੱਕੇ ਨਾਲ ਕਬੱਡੀ ਖੇਡਦੇ ਆ ਜਾਂ ਕਿਵੇਂ ਵੀ ਖੇਡਦੇ ਆ, ਜਿਹੜੇ ਉਸ ਬੰਦੇ 'ਚ ਕਲਾ ਸੀ ਜੀ, ਸਹੀ ਕਬੱਡੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਬੰਦੇ 'ਚ ਸੀ, ਤੇ ਬੰਦੇ ਦਾ ਸੁਭਾਅ ਇੰਨਾ ਜ਼ਿਆਦਾ ਵਧੀਆ, ਬਹੁਤ ਨਰਮ ਵੀਰੇ ਬਾਈ ਤੋਂ ਬਿਨਾਂ ਕਿਸੇ ਨੂੰ ਬੋਲਦਾ ਨਹੀਂ। ਸਹੀ ਗੱਲ ਹੈ, ਹਾਂ, ਬਾਕੀ ਮੇਰਾ ਬੜਾ ਪਿਆਰ ਸੀ ਉਹਦੇ ਨਾਲ, ਬਹੁਤ ਜ਼ਿਆਦਾ ਜੀ ਜੀ, ਅਸੀਂ ਕਮਰਿਆਂ ਵੀ ਜਿੱਥੇ ਵੀ ਜਾਣਾ ਅਸੀਂ ਕਮਰੇ ਵੀ ਇਕੱਠੇ ਰਹਿਣਾ, ਇਕੱਠੇ ਰਹਿੰਦੇ, ਹਾਂ, ਖਾਣਾ ਪੀਣਾ ਇਕੱਠਿਆਂ ਨੇ ਜਾਣਾ ਹਨਾ, ਗਰਾਊਂਡ ਮਿਹਨਤ ਲਾਉਣ ਜਾਣੀ, ਉਦੋਂ ਜਦੋਂ ਸਾਨੂੰ ਰੱਖਿਆ ਗਿਆ ਆਪਣੇ ਉੱਥੇ ਮਿਹਨਤ ਲਵਾਉਣ ਲਈ, ਬਿਲਕੁਲ, ਤੇ ਇਕੱਠੇ ਲਾਉਂਦੇ ਸੀ, ਕੈਂਪ ਲੱਗਿਆ ਸੀ, ਕੈਂਪ ਲੱਗਿਆ ਸੀ। ਜਦੋਂ ਬਿੱਟੂ ਨਾਲ ਬਹਿੰਦੇ ਸੀ ਤੁਸੀਂ, ਉਹ ਤੁਹਾਡਾ ਭਰਾ ਹੋਣ ਦੇ ਨਾਤੇ ਤੁਹਾਨੂੰ ਬੜਾ ਕੁਝ ਸਮਝਾਉਂਦਾ ਹੋਊ, ਜਿਵੇਂ ਤੁਸੀਂ ਦੱਸਿਆ ਕਲਾਸੀਕਲ ਸੀ, ਉਹ ਬੜੇ ਦਾਬੇ 'ਚ ਵੀ ਦੱਸਦਾ ਹੋਊ, ਗੱਲਾਂ ਵੀ ਦੱਸਦਾ ਹੋਊ, ਆਉਂਦੇ ਬਹੁਤ ਜ਼ਿਆਦਾ, ਮੇਥੋਂ ਥੋੜਾ ਸੀਨੀਅਰ ਸੀ ਉਹ, ਜੀ ਜੀ, ਸੀਨੀਅਰ ਪਲੇਅਰ ਹੋਣ ਦੇ ਨਾਤੇ ਮੈਨੂੰ ਬਹੁਤ ਕੁਝ ਦੱਸਦਾ ਸੀਗਾ ਉਹ, ਵੀ ਐਂ ਨਹੀਂ ਕਰਨਾ, ਐਂ ਕਰਨਾ, ਇੱਦਾਂ ਹਨਾ। ਅੱਛਾ, ਤੇ ਖੇਡਣਾ ਬਾਰੇ ਬਹੁਤ ਕੁਝ ਦੱਸਦਾ ਰਿਹਾ ਮੈਨੂੰ। ਹਾਂ, ਜਦੋਂ ਬਿੱਟੂ ਜਾਂਦਾ ਗਾ ਇਸ ਦੁਨੀਆ ਤੋਂ, ਉਸ ਤੋਂ ਪਹਿਲਾਂ ਤੁਹਾਡੀ ਬਿੱਟੂ ਨਾਲ ਗੱਲ ਹੋਈ ਕਦੇ? ਹਾਂ, ਉਦੋਂ ਮੈਨੂੰ 3 ਕੁ ਦਿਨ ਪਹਿਲਾਂ ਨੂਰਪੁਰੇ ਮੈਚ ਹੋਇਆ। ਅੱਛਾ, 3 ਦਿਨ ਪਹਿਲਾਂ ਉਹਦੇ, ਵਧੀਆ ਸੋਹਣਾ ਸਾਲ, ਉਹ ਸਾਲ ਪੂਰੀ ਤਿਆਰੀ ਕੀਤੀ ਹੋਈ ਉਹਦੀ,
ਤੇ ਡੰਡ ਜੇ ਲਾਈ ਆਵੇ ਤੇ ਮੈਨੂੰ ਮਿਲਿਆ ਵਧੀਆ ਗੱਲਬਾਤ ਕੀਤੀ ਤਿੰਨ ਕੁ ਦਿਨ ਪਹਿਲਾਂ ਹੀ ਮਿਲਿਆ ਸੀ ਅੱਛਾ ਉਦੋਂ ਬਾਅਦ ਸੁਣ ਕੇ ਫਿਰ ਬੜਾ ਮਨ ਨੂੰ ਦੁੱਖ ਲੱਗਿਆ ਹਨਾ ਵੀ ਆਹ ਗੱਲਬਾਤ ਹੋ ਗਈ ਬਿਲਕੁਲ ਹਾਂ ਬਈ ਆਪਾਂ ਵਿਸ਼ਵ ਕੱਪ ਤੇ ਉਸੇ ਰਾਤ ਤੇ ਹੀ ਆਉਂਦੇ ਆ ਜਦੋਂ ਪਿੰਡਾਂ ਦੀਆਂ ਬੁੜੀਆਂ ਵੀ ਬੈਠੀਆਂ ਸੀਗੀਆਂ ਫਾਈਨਲ ਮੈਚ ਵੇਲੇ ਸਾਹਮਣੇ ਇਹ ਤਾਂ ਕਲੀਅਰ ਹੋ ਗਿਆ ਸੀਗਾ ਹਾਫ ਤੋਂ ਬਾਅਦ ਬਈ ਭਾਰਤ ਜਿੱਤੂਗਾ ਇੰਡੀਆ ਜਿੱਤੂਗਾ ਇੱਕ ਹੋਣੀ ਵਿਸ਼ਵ ਕੱਪ ਜਿੱਤਣਗੇ ਹਾਂਜੀ ਉਸ ਵਕਤ ਸਾਰੇ ਜਾਫੀਆਂ ਚ ਇੱਕ ਦੌੜ ਸੀਗੀ ਵੀ ਯਾਰ ਪ੍ਰੀਤ ਟਰੈਕਟਰ ਦੀਆਂ ਚਾਬੀਆਂ ਆਪਾਂ ਫੜਨੀਆਂ ਨੇ ਉਦੋਂ ਤੁਹਾਨੂੰ ਮਨ ਚ ਕਿਵੇਂ ਸੀ ਧੜਕੂ ਕੀ ਸੀਗਾ ਵੀ ਯਾਰ ਮੇਰਾ ਤਾਂ ਜੀ ਮੈਂ ਤਾਂ ਪਹਿਲਾਂ ਹੀ ਮਿਥਿਆ ਹੋਇਆ ਸੀਗਾ ਵੀ ਬੈਸਟ ਨਿਕਲਣਾ ਹੀ ਨਿਕਲਣਾ ਕਲੀਅਰ ਹੀ ਸੀ ਕਲੀਅਰ ਸੀ ਫਾਈਨਲ ਕਲੀਅਰ ਸੀ ਮੈਂ ਹੀ ਨਿਕਲਣਾ ਕੀ ਬਾਤ ਹੈ ਫਾਈਨਲ ਕੀਤਾ ਹੋਇਆ ਸੀ ਵੀ ਮੈਂ ਹੀ ਨਿਕਲਣਾ ਹੀ ਨਿਕਲਣਾ ਨਾਲ ਦੇ ਪਲੇਅਰਾਂ ਦੀ ਕਿਸੇ ਦੀ ਕੋਈ ਪ੍ਰਤੀਕਿਰਿਆ ਜਾਂ ਕਹਿੰਦੇ ਹੋਣਗੇ ਦੋ ਟੱਚ ਮੈਚ ਉਦੋਂ ਆਏ ਹੁੰਦਾ ਸਾਰਿਆਂ ਨੂੰ ਆਪੋ ਆਪਣਾ ਹੁੰਦਾਗਾ ਸਾਰਿਆਂ ਨੂੰ ਸੀਗਾ ਹਾਂ ਸਾਰਿਆਂ ਨੂੰ ਸੀ ਵੀ ਮੈਂ ਨਿਕਲਾਂ ਮੈਂ ਨਿਕਲਾਂ ਜਾਂ ਮੈਂ ਹਨਾ ਹੁੰਦਾ ਹੀ ਆ ਚਲੋ ਕੋਈ ਨਾ ਬਿਲਕੁਲ ਜੇ ਚੀਜ਼ ਨਾ ਹੋਵੇ ਤਾਂ ਫਿਰ ਗੇਮ ਹੀ ਨਾ ਹੋਵੇ ਹਨਾ ਬਿਲਕੁਲ ਬਿਲਕੁਲ ਤੇ ਆਪਣਾ ਤਾਂ ਜਮਾਂ ਕਲੀਅਰ ਸੀ ਵੀ ਹਾਂ ਵੀ ਮੈਂ ਹੀ ਨਿਕਲਣਾ ਪਾਕਿਸਤਾਨੀ ਖਿਡਾਰੀਆਂ ਨੂੰ ਉਦੋਂ ਜਿੱਤਣ ਤੋਂ ਬਾਅਦ ਜਾਂ ਜਿੱਤਣ ਤੋਂ ਪਹਿਲਾਂ ਜਦੋਂ ਮਿਲਦੇ ਸੀਗੇ ਕੀ ਕਹਿੰਦੇ ਸੀ ਏਕਮ ਦੇ ਜਾਫਿਆਂ ਬਾਰੇ ਤੁਹਾਡੀ ਖੇਡ ਬਾਰੇ ਕੀ ਮੰਨਦੇ ਸੀਗੇ ਉਹ ਗੱਲਾਂ ਹੁੰਦੀਆਂ ਹੋਣਗੀਆਂ ਹਾਂ ਉਦੋਂ ਪਹਿਲਾਂ ਉਹਨਾਂ ਨਾਲ ਪਾਕਿਸਤਾਨ ਨਾਲ ਮੇਰਾ ਮੈਚ ਲੱਗ ਚੁੱਕਾ ਸੀ ਇਰਾਨ 'ਚ ਅੱਛਾ ਤੇ ਸੀਗਾ ਵੀ ਉਹਨਾਂ ਨੂੰ ਹਾਂ ਵੀ ਏਕਮ ਪਲੇਅਰ ਆ ਵਿੱਚ ਵੀ ਵਧੀਆ ਟੌਪ ਦਾ ਪਲੇਅਰ ਆ ਜੀ ਜੀ ਕਮੈਂਟਰੀ ਵਾਲਾ ਬੋਲ ਰਿਹਾ ਸੀ ਵੀ ਹਾਂ ਵੀ ਪੂਰਾ ਵੀ ਨਵਾਂ ਮੁੰਡਾ ਹੈ ਨਾ ਬਿਲਕੁਲ ਹਾਂ ਬਿਲਕੁਲ ਏਕਮ ਬਈ ਫਾਈਨਲ ਹੋ ਗਿਆ ਵਿਸ਼ਵ ਕੱਪ ਜਿੱਤ ਗਏ ਏਕਮ ਨੂੰ ਬੈਸਟ ਜਾਫੀ ਐਲਾਨ ਦਿੱਤਾ ਗਿਆ ਪ੍ਰੀਤ ਟਰੈਕਟਰ ਦੀਆਂ ਚਾਬੀਆਂ ਫੜਾਤੀਆਂ ਮੈਂ ਚਾਹੁੰਦਾ ਉਹ ਗੱਲਾਂ ਦੱਸੋ ਜਦੋਂ ਪ੍ਰੀਤ ਟਰੈਕਟਰ ਹਠੂਰ ਪਿੰਡ 'ਚ ਆਇਆ ਸੀ ਮਾਂ ਪਿਓ ਦਾ ਕਿਹੋ ਜਿਹਾ ਪ੍ਰਤੀਕਰਮ ਸੀ ਪਿੰਡ ਦੇ ਲੋਕਾਂ ਦਾ ਇਲਾਕੇ ਦੇ ਲੋਕ ਕਿਵੇਂ ਮਿਲੇ ਸੀ ਮਾਲਵੇ ਦੇ ਵਿੱਚ ਪਹਿਲੀ ਵਾਰੀ ਆ ਰਿਹਾ ਸੀ ਉਹ ਟਰੈਕਟਰ ਜਦੋਂ ਟਰੈਕਟਰ ਜਿੱਤਿਆ ਉਸ ਰਾਤ ਦੇ 12 ਵਜੇ ਤਕਰੀਬਨ ਜਦੋਂ ਮੈਂ ਪਿੰਡ ਆਇਆ ਗਿਆ 12:01 ਦਾ ਟਾਈਮ ਸੀ ਰਾਤ ਦਾ ਹਾਂ ਮੇਰੇ ਪਿੰਡ 'ਤੇ ਸਾਰੇ ਪਹਿਲਾਂ ਪਟਾਕੇ ਚੱਲੇ ਉਸੇ ਰਾਤ ਹਾਂ ਉਸੇ ਰਾਤ ਜੀ ਫਿਰ ਜਦੋਂ ਦੂਜਾ ਦਿਨ ਮੇਰੇ ਘੱਟੋ ਘੱਟ ਵੀ ਇੱਕ ਮਹੀਨਾ ਮੇਰਾ ਸਨਮਾਨਤ ਹੀ ਹੁੰਦਾ ਰਿਹਾ ਆਪਣੇ ਏਰੀਏ ਦੇ ਪਿੰਡਾਂ ਨੇ ਕੀਤਾ ਅੱਛਾ ਸਨਮਾਨਤ ਹੀ ਹੁੰਦਾ ਰਿਹਾ ਕੀ ਬਾਤ ਨੱਚੀ ਜਾਣਾ ਸ਼ਾਮ ਦੇ ਟਾਈਮ ਡੇਲੀ ਨੱਚਣਾ ਸੀ ਸਾਰਾ ਜਾਣਾ ਇੰਜੋਏ ਕਰਨਾ ਖੇਡ ਖੂਡ ਕੇ ਜਾਣ ਕੇ ਉੱਥੇ ਚਲੇ ਜਾਣਾ ਸੀ ਫਿਰ ਨੱਚਣਾ ਸੀ ਬਾਅਦ ਸਾਰਿਆਂ ਉਦੋਂ ਅੰਬੀ ਵੀ ਹੁੰਦਾ ਸੀਗਾ ਅੰਬੀ ਸੀਨੀਅਰ ਹੁੰਦੇ ਵੱਡੇ ਹੁੰਦੇ ਸੀ ਤੇ ਬਾਕੀ ਆਪਣੇ ਹੁਣੀ ਤਾਂ ਚਲੋ ਮੇਰੇ ਨਾਲ ਦੀ ਸੀ ਸਾਰੇ ਤੇ ਉੱਥੇ ਨੱਚਣਾ ਪੂਰੀ ਮਸਤੀ ਕਰਨੀ ਇੱਥੇ ਹੀ ਰਹਿੰਦੇ ਹੁੰਦੇ ਸੀ ਮੇਰਾ ਖਿਆਲ ਹਾਂ ਬਾਅਦ 'ਚ ਫਿਰ ਇੱਧਰ ਆ ਗਏ ਸੀ ਇੱਥੇ ਰਹਿਣ ਲੱਗ ਗਏ ਹਾਂ ਸੋ ਆਓ ਬਾਈ ਫਿਰ ਚੱਲਦੇ ਹਾਂ ਹਾਂ ਚਲੋ ਬਈ ਆਪਾਂ ਅੰਬੀ ਯਾਦਗਾਰੀ ਖੇਡ ਸਟੇਡੀਅਮ 'ਚ ਬੈਠੇ ਹਾਂ ਇਸ ਵਕਤ ਉਸੇ ਸਟੇਡੀਅਮ ਦੇ ਉੱਪਰ ਹਾਂ ਜਿੱਥੇ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਰਿਹਾ ਅੰਬੀ ਦੀ ਯਾਦ ਦੇ ਵਿੱਚ ਉਸ ਤੋਂ ਬਾਅਦ ਤੁਹਾਡਾ ਜਿਗਰੀ ਯਾਰ ਤੁਹਾਡਾ ਸਾਥੀ ਅਮਨ ਸਾਡੇ ਤੋਂ ਸਦਾ ਲਈ ਵਿਛੜਿਆ ਅਮਨ ਦੀ ਕਿੰਨੀ ਕੁ ਘਾਟ ਅਮਨ ਠੂਰ ਦੀ ਤੁਹਾਨੂੰ ਮਹਿਸੂਸ ਹੁੰਦੀ ਆ ਅਮਨ ਦੀ ਵੀ ਤਾਂ ਪੂਰੀ ਟੀਮ ਨੂੰ ਘਾਟ ਪਈ ਸੀਗੀ ਬਾਅਦ ਦੇ ਵਿੱਚ ਸਾਡੇ ਟੀਮ ਦਾ ਸਾਰੇ ਬੈਲੈਂਸ ਉਹਦੇ ਬਿਨਾਂ ਖਰਾਬ ਹੋ ਗਿਆ ਸੀਗਾ ਪਰ ਅੱਛਾ ਹੁਣ ਸਾਨੂੰ ਜਿੱਥੇ ਹੁਣ ਤੂੰ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਵੀ ਨਰੋਲ ਖੇਡ ਰਹੇ ਸੀ ਉੱਥੇ ਹੁਣ ਉਹਦੀ ਜਗ੍ਹਾ ਅਮਨ ਦੀ ਜਗ੍ਹਾ ਤੇ ਕੋਈ ਬੰਦਾ ਪਲੇਅਰ ਸਾਨੂੰ ਬਾਹਰੋਂ ਖੜਾਉਣਾ ਪੈਂਦਾ ਸੀਗਾ ਅੱਛਾ ਹਾਂ ਕਿੱਥੇ ਉਹ ਇਕੱਲਾ ਹੀ ਕੌਡੀਆਂ ਪਾਉਂਦਾ ਸੀ ਹਾਂ ਦੋ ਕਲਿੰਦਰ ਭੈਅ ਤੇ ਦੋਨੇ ਪਾਈ ਜਾਂਦੇ ਸੀਗੇ ਹਾਂ ਕਿਤੇ ਬਾਹਰਲਾ ਪਲੇਅਰ ਲੈਣ ਦੀ ਲੋੜ ਹੀ ਨਹੀਂ ਪੈਂਦੀ ਸੀਗੀ ਬਿਲਕੁਲ ਅਮਨ ਨਾਲ ਤਾਂ ਬਹੁਤ ਜ਼ਿਆਦਾ ਘਾਟਾ ਪਿਆ ਸਾਨੂੰ ਬਈ ਮੇਰੇ ਮਨ 'ਚ ਜਿਹੜੀ ਸਭ ਤੋਂ ਵੱਡੀ ਗੱਲ ਆ ਰਹੀ ਹੈ ਵੀ ਇੱਕੋ ਪਿੰਡ ਦੇ ਜਦੋਂ ਇੰਨੇ ਪਲੇਅਰ ਹੋਣ ਤੇ ਸਾਰੇ ਵਧੀਆ ਖੱਬੀ ਖਾਨ ਪਲੇਅਰ ਹੋਣ ਤੁਹਾਡੇ ਵਿੱਚ ਤਕਰੀਬਨ ਸਾਰਿਆਂ ਦੀ ਪਰਮਾਤਮਾ ਦੀ ਮਿਹਰ ਸੀ ਤੁਹਾਡੇ ਤਿੰਨੇ ਭਰਾਵਾਂ ਦੇ ਨਾਲ ਨਾਲ ਉਸ ਵਕਤ ਟੀਮ ਨੂੰ 10 ਸਾਲ ਇਕੱਠੇ ਰੱਖਣਾ ਏਕਮ ਲਈ ਸਭ ਤੋਂ ਵੱਡੀ ਵਿਗਾਰ ਸੀਗੀ ਕਿਉਂਕਿ ਕਿਤੇ ਪੈਸਿਆਂ ਨੂੰ ਲੈ ਕੇ ਰੌਲਾ ਕਿਤੇ ਕਿਸੇ ਗੱਲ ਨੂੰ ਲੈ ਕੇ ਰੌਲਾ ਕਿਤੇ ਸਨਮਾਨ ਨੂੰ ਲੈ ਕੇ ਰੌਲਾ ਕਦੇ ਤੁਹਾਡੇ ਵਿੱਚ ਹੋਇਆ ਵੀ ਆਪਾਂ ਅੱਜ ਜਿੱਤ ਗਏ ਆ ਪੈਸੇ ਵੱਧ ਘੱਟ ਵੰਡੇ ਗਏ ਜਾਂ ਐਂ ਵੰਡੇ ਕਿਤੇ ਕਿਵੇਂ ਨਹੀਂ ਜ਼ਿਆਦਾ ਸਾਡੇ ਕਿਤੇ ਪੈਸੇ 'ਚ ਰੌਲਾ ਕਦੇ ਨਹੀਂ ਪਿਆ ਸਾਡੇ ਸਾਰੇ ਪਿਆ ਕੀ ਸੀ ਕਾਰਨ ਜੀ ਅਸੀਂ ਇੱਕੋ ਜਿਹੀ ਉਮਰਾਂ ਦੇ ਸਾਰੇ ਜੀ ਇੱਕੋ ਜਿਹੀ ਉਮਰਾਂ ਦੇ ਅਸੀਂ ਇਕੱਠੇ ਪੜ੍ਹੇ ਸੀ ਇਕੱਠੇ ਬਹਿੰਦੇ ਉੱਠਦੇ ਸੀਗੇ ਤਾਂ ਕਰਕੇ ਸਾਡੇ 'ਚ ਪਿਆਰ ਬਹੁਤ ਜ਼ਿਆਦਾ ਸੀਗਾ ਅੱਛਾ ਪਿਆਰ ਹੋਣ ਕਰਕੇ ਨਾ ਇੱਕ ਦੂਜੇ ਦੇ ਅਸੀਂ ਆਖੇ ਲੱਗਦੇ ਸੀਗੇ ਪੈਸੇ ਦਾ ਰੌਲਾ ਨਹੀਂ ਪਿਆ ਸੀ ਦੋ ਇੱਕ ਦੋ ਕਾਪਾਂ ਦਾ ਜ਼ਰੂਰ ਪਿਆ ਉਹ ਪੈਣ ਦੇ ਕਾਰਨ ਮੁੜ ਕੇ ਅਸੀਂ ਕੀ ਕੀਤਾ ਅਤੇ ਵੀ ਜਿੱਦਾਂ ਜਿਹੜੇ ਬੰਦੇ ਗੁੱਸੇ ਹੁੰਦਾ ਸੀ ਜੇ ਹੁਣ ਇੱਕ ਕੱਪ ਹੋਣਾ ਉਹਦੇ ਦੋ ਕੱਪ ਬਣਾ ਕੇ ਦੋਨਾਂ ਨੂੰ ਵਿਰਿਆ ਲੈਣਾ ਬਸ ਅੱਛਾ ਇੱਦਾਂ ਟੀਮ ਨੂੰ ਫਿਰ ਜਿਵੇਂ ਹੁਣ ਮੈਂ ਸੀਨੀਅਰ ਸੀਗਾ ਮੈਨੂੰ ਸਾਰੇ ਜੋੜ ਕੇ ਰੱਖਣੇ ਪੈਂਦੇ ਸੀ ਇਹਨਾਂ ਬਿਲਕੁਲ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਸੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੁੰਦੀ ਸੀ ਜੇ ਹੁਣ ਕਈ ਵਾਰ ਕਿ ਕੋਈ ਨਾਰਾਜ਼ ਉਹਨਾਂ ਨੇ ਪੈਸਾ ਆਪ ਘੱਟ ਲੈ ਲੈਣਾ ਦੂਜੇ ਨੂੰ ਖੁਸ਼ ਕਰਨ ਦੇ ਲਈ ਜ਼ਿਆਦਾ ਦੇ ਦੇਣੇ ਹੈ ਨਾ ਬਿਲਕੁਲ ਹਾਂ ਇੱਦਾਂ ਫਿਰ 8-9 ਸਾਲ ਟੀਮ ਜੋੜ ਕੇ ਰੱਖੀ ਸਾਰੀ
ਬਈ ਜਦੋਂ ਬਾਹਰ ਜਾਂਦੇ ਸੀ ਜਾਂ ਇੱਧਰ ਪੰਜਾਬ ਦੇ ਵਿੱਚ ਕਬੱਡੀ ਅਕੈਡਮੀਆਂ ਦਾ ਸੀਜ਼ਨ ਖੇਡਦੇ ਸੀ, ਖਾਸ ਕਰਕੇ ਮੈਂ ਬਾਹਰ ਲਈ ਪੁੱਛੂੰ, ਜਦੋਂ ਬਾਹਰਲੀ ਕਲੱਬ ਵਾਲੀ ਖੇਡਦੇ, ਕੋਈ ਅਜਿਹਾ ਮੌਕਾ ਜਦੋਂ ਤਿੰਨੋਂ ਭਰਾਵਾਂ ਦਾ ਸਭ ਤੋਂ ਵੱਧ ਮੁੱਲ ਲੱਗਿਆ ਹੋਵੇ ਠੂਰ ਵਾਲੀ ਇੱਕ ਮੋਹਣਾ ਦਾ, ਜਾਂ ਸਭ ਤੋਂ ਵੱਧ ਪੈਸੇ ਮੂੰਹੋਂ ਮੰਗ ਮੈਂ ਮਿਲੇ ਹੋਣ, ਕਿੰਨਾ ਸੀ ਉਹ ਮੌਕਾ, ਕਿੰਨਾ? ਹਾਂ, ਅਸੀਂ ਜਦੋਂ ਮੈਂ ਵਰਲਡ ਕੱਪ ਖੇਡਿਆ, ਪ੍ਰੀ ਟ੍ਰੇਟ ਜਿੱਤਿਆ, ਅੱਛਾ, ਉਦੋਂ 2013 ਦੇ ਵਿੱਚ ਅਸੀਂ ਗਏ ਹਾਂ ਇੰਗਲੈਂਡ, ਉਸ ਤੋਂ ਬਾਅਦ, ਹਾਂ ਉਸ ਤੋਂ ਬਾਅਦ ਜੀ, ਉਦੋਂ ਸਾਡੀ 23 ਲੱਖ 'ਚ ਗੱਲ ਹੋਈ ਸੀ ਮੇਰੀ ਤੁਹਾਡੀ, ਹਾਂ ਕੱਲਿਆਂ ਦੀ, ਹਾਂ ਕੱਲਿਆਂ ਦੀ, ਅੱਛਾ, ਮੇਰੀ ਤੇ ਨਰਪੈ ਦੀ, ਸੋਰੀ, ਦੋਨਾਂ ਦੀ 23 ਲੱਖ 'ਚ ਗੱਲ ਹੋਈ ਸਾਡੀ ਦੋਨਾਂ ਦੀ, ਵੀ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਜਦੋਂ ਦੀ ਮੈਂ ਕਬੱਡੀ ਖੇਡਣ ਲੱਗਿਆ ਉਹ ਮੁੱਲ ਪਿਆ ਮੇਰਾ ਉਹਦਾ 23 ਲੱਖ ਰੁਪਏ, ਹਾਂ 23 ਲੱਖ ਰੁਪਏ, ਅਤੇ ਜਾਂ ਸਾਡੇ ਜੇ ਟੋਰਾਂਟੋ ਗੱਲ ਹੋਈ ਸੀ ਡੈਕਸੀ ਕਲੱਬ 'ਚ ਮੇਰੇ ਅਤੇ ਗੁਰਜੀਤ ਤੂਤਾਂ ਵਾਲੇ ਦੀ, ਅੱਛਾ, 2008 'ਚ, ਅੱਛਾ, ਉਦੋਂ 20 ਲੱਖ 'ਚ ਗੱਲ ਹੋਈ ਸਾਡੀ ਦੋਨਾਂ ਦੀ, ਮੇਰੇ ਅਤੇ ਗੁਰਜੀਤ ਤੂਤਾਂ ਦੋਨਾਂ ਜਾਣਿਆਂ ਦੀ, ਹਾਂ ਸਭ ਤੋਂ ਜ਼ਿਆਦਾ ਜਿੱਦਾਂ ਜਦੋਂ ਇਹ ਕਬੱਡੀ ਖੇਡੇ ਇਹ ਸਾਡੇ ਵੀ ਜਿੱਦਾਂ ਜ਼ਿਆਦਾ ਮੁੱਲ ਸਭ ਤੋਂ। ਇੱਕ ਜਦੋਂ ਜਾਫਲੈਨ 'ਚ ਹੁੰਦਾ ਸੀ, ਭਾਵੇਂ ਅੰਬੀ ਹਡੂਰ ਇੰਟਰਨੈਸ਼ਨਲ ਕਲੱਬ ਦੀ ਗੱਲ ਹੋਵੇ, ਭਾਵੇਂ ਬਾਹਰ ਜਾ ਕੇ ਖੇਡਣਾ ਹੋਵੇ ਜਾਂ ਪੰਜਾਬ ਦੇ ਕਬੱਡੀ ਕੱਪ ਹੋਣ, ਹਾਂ, ਕਿਹੜੇ ਖਿਡਾਰੀ ਨੂੰ ਮੰਨਦੇ ਸੀ ਵੀ ਯਾਰ ਮੇਰੇ ਨਾਲ ਕੰਨੀ 'ਤੇ ਹੋਵੇ, ਮੇਰੇ ਨਾਲ ਜਾਫਲੈਨ 'ਚ ਹੋਵੇ ਤਾਂ ਸਵਾਦ ਆ ਜਾਊਗਾ, ਕਿਹੜੇ ਖਿਡਾਰੀ 'ਤੇ ਵੱਧ ਭਰੋਸਾ? ਸੀ ਖੇਡੇ ਵੀ ਮੇਰੇ ਨਾਲ ਸੀਗੇ, ਹੁਣ ਜਿਵੇਂ ਮੰਗੀ ਸੀਗਾ, ਖਵੈਸ ਸੀਗੀ, ਮੰਗੀ ਅਤੇ ਵੈਨਕੂਵਰ ਹੋਇਆ, ਅਸੀਂ ਦੋਨੇ ਇਕੱਠੇ ਖੇਡੇ ਹਾਂ, ਅੱਛਾ, ਮੰਗੀ ਹੋਵੇ ਜਾਂ ਪਾਲਾ ਹੋਵੇ ਆਪਾਂ ਜਾਂ ਸੁੱਖਾ ਭੰਡਾਲ ਹੋਵੇ, ਤੇ ਮੇਰੇ ਨਾਲ ਬਾਅਦ 'ਚ ਪਹਿਲਾਂ ਹੁੰਦੀ ਸੀ ਖਵੈਸ, ਪਰ ਬਾਅਦ 'ਚ ਉਹ ਖਵੈਸ ਮੇਰੀ ਪੂਰੀ ਵੀ ਹੋਈ ਆ, ਅੱਛਾ, ਬਾਅਦ 'ਚ ਖੇਡੇ ਹਾਂ ਇਕੱਠੇ, ਅਸੀਂ ਇਕੱਠੇ ਖੇਡੇ, ਹਾਂ, ਮਤਲਬ ਮੰਗੀ ਨਾਲ ਤੁਹਾਨੂੰ ਖੇਡਣਾ ਜ਼ਿਆਦਾ ਵਧੀਆ ਲੱਗਦਾ? ਹਾਂ, ਮੰਗੀ ਨਾਲ, ਪਾਲੇ ਹੋਣਾ ਨਾਲ, ਸੁੱਖਾ ਭੰਡਾਲ ਹੋਵੇ, ਇਹਨਾਂ ਨਾਲ ਖੇਡਣਾ ਬਹੁਤ ਵਧੀਆ ਲੱਗਦਾ। ਪਾਲਾ ਜਲਾਲਪੁਰੀਆ ਤਾਂ ਤੁਹਾਨੂੰ ਬਹੁਤ ਪਿਆਰ ਕਰਦਾ, ਤਾਂ ਰੋਲ ਮਾਡਲ ਵੀ ਮੰਨਦਾ ਕਹਿੰਦੇ? ਹਾਂ, ਪਾਲਾ ਵੀ ਹੋ ਗਿਆ ਜਿੱਦਾਂ ਸੁੱਖਾ ਭੰਡਾਲ ਵੀ, ਪਿਆਰ ਮੇਰਾ ਸਾਰੇ ਪਲੇਅਰਾਂ ਨਾਲ ਹੀ ਬਹੁਤ ਰਿਹਾ, ਹਾਂ, ਸਾਰੇ ਪਲੇਅਰ ਹੀ ਆਪਣਾ ਪਿਆਰ ਕਰਦੇ ਵੀ ਸੀ ਅਤੇ ਪਿਆਰ ਰਿਹਾ ਸਾਰਿਆਂ ਨਾਲ, ਬਹਿਣੀ ਉੱਠਣੀ ਸਾਰੇ ਪਲੇਅਰਾਂ ਨਾਲ ਸੀ ਆਪਣੇ। ਜਿੰਨੀ ਗਰਾਊਂਡਾਂ 'ਚ ਮਿਹਨਤ ਕੀਤੀ, ਜਿੰਨੀ ਖੁਰਾਕ ਖਾਧੀ, ਡੰਡ ਲਾਏ, ਮਾਣ ਸਨਮਾਨ ਰੱਬ ਨੇ ਵਾਹਵਾ ਦੇ ਤੇ, ਕਦੇ ਇੱਕ ਉਹਨੂੰ ਐਂ ਵੀ ਹੋਇਆ ਯਾਰ ਉਹ ਫਲਾਨਾ ਪਲੇਅਰ ਆ ਬਹੁਤ ਤੰਗ ਕਰਦਾ ਜਾਂ ਉਹ ਫੜਿਆ ਨਹੀਂ ਜਾਂਦਾ ਜਾਂ ਲੋਡ ਨਹੀਂ ਸੀ ਉਹਦਾ? ਕਿਹੜੇ ਪਲੇਅਰ ਸੀਗੇ ਉਹ? ਸੀਗੇ ਪਲੇਅਰ ਆ, ਇਦਾਂ ਦਾ ਹੁਣ ਵੀ ਬੰਦਾ ਵੀ ਪੂਰਾ ਤਾਂ ਕਦੇ ਵੀ 100% ਨਹੀਂ ਹੁੰਦਾ, ਹਨਾ, ਕਿਸੇ ਵੀ ਚੀਜ਼ 'ਚ ਕੋਈ ਪਰਫੈਕਟ ਬੰਦਾ ਨਹੀਂ ਪੂਰਾ। ਬਿਲਕੁਲ, ਹੁਣ ਮੈਥੋਂ ਬਹੁਤ ਘੱਟ ਕਾਲੂ ਰਸੂਲਪੁਰ ਵਾਲਾ ਬਹੁਤ ਘੱਟ ਫੜਿਆ ਜਾਂਦਾ, ਕਾਲੂ ਰਸੂਲ, ਕਾਲੂ ਅਤੇ ਸੰਦੀਪ ਲੱਲੀਆਂ ਵਾਲਾ, ਅੱਛਾ, ਬਾਕੀ ਤਾਂ ਤਕਰੀਬਨ ਸਾਰੇ ਏ ਟੂ ਜੈਡ ਫੜੇ ਹੀ ਆਪਾਂ, ਆਹ ਹੁਣ ਨਵੇਂ ਮੁੰਡਿਆਂ 'ਚ ਵੀ ਸਾਰੇ ਉਹਨੂੰ ਜੱਪੇ ਲਾਏ ਆਪਾਂ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ 5-5 ਘੰਟੇ ਤੁਹਾਡੀ ਮਿਹਨਤ ਹੁੰਦੀ ਸੀਗੀ, 5 ਤੋਂ 8 ਘੰਟੇ ਤੱਕ ਵੀ ਤੁਸੀਂ ਮਿਹਨਤ ਕਰਦੇ ਰਹੇ, 25-25 ਕਿਲੋਮੀਟਰ ਸਾਈਕਲ ਚਲਾਉਂਦੇ ਰਹੇ, ਤੇ ਹੁਣ ਕਿੰਨੀ ਕੁ ਮਿਹਨਤ ਕਰਦੇ ਹੋ? ਹੁਣ ਤਾਂ ਬਹੁਤ ਘੱਟ ਰਹਿ ਗਈ, ਅੱਗੇ ਨਾਲੋਂ ਸਗੋਂ ਸੱਟਾਂ ਵੱਜ ਗਈਆਂ ਮੇਰੇ, ਹੁਣ ਗੋਡੇ ਦਾ ਆਪਰੇਸ਼ਨ ਹੁੰਦਾ, ਅੱਛਾ, ਗੋਡੇ ਦਾ ਸਿਲ ਟੁੱਟਿਆ, 3-4 ਵਾਰੀ ਡੈਸਕ ਹਿੱਲ ਗਈ, ਇੱਕ ਸਾਲ ਮੇਰਾ ਇੱਧਰਲਾ ਮੋਢਾ ਕੈਨੇਡਾ ਕਰੈਕ ਹੋ ਗਿਆ, ਇੱਧਰਲਾ ਹੋ ਗਿਆ ਸੀਗਾ, ਅੱਛਾ, ਸੱਟਾਂ ਵੱਜਣ ਕਾਰਨ ਹੁਣ ਮਿਹਨਤ ਬਹੁਤ ਘੱਟ ਗਈ, ਹੁਣ ਤਾਂ 1-2 ਘੰਟੇ ਮਸਾ ਗਰਾਊਂਡ 'ਚ ਲਾਈ ਦਿਆ। ਇੱਕ ਬਾਈ ਜਦੋਂ ਕੈਨੇਡਾ ਖਿਡਾਰੀ ਜਾਂਦੇ ਨੇ, ਇੰਗਲੈਂਡ ਜਾਂਦੇ ਨੇ, ਅਮਰੀਕਾ ਜਾਂਦੇ ਨੇ, ਵਿਦੇਸ਼ਾਂ 'ਚ ਤੁਸੀਂ ਖੇਡਣ ਜਾਂਦੇ ਹੋ, ਖਿਡਾਰੀਆਂ ਨੂੰ ਕਹਿੰਦੇ ਉੱਥੇ ਬਹੁਤ ਘੱਟ ਆ ਵੀ ਘਰਾਂ 'ਚ ਰੱਖਿਆ ਜਾਂਦਾ, ਖਿਡਾਰੀਆਂ ਨੂੰ ਇੱਕ ਜਗ੍ਹਾ ਦੇ ਦਿੱਤੀ ਜਾਂਦੀ ਹੈ ਵੀ ਇੱਥੇ ਰਹਿ ਲਓ, ਤੁਹਾਨੂੰ ਕਿੰਨਾ ਕੁ ਮਾਣ ਸਨਮਾਨ ਮਿਲਦਾ ਸੀ ਕਲੱਬਾਂ ਵੱਲੋਂ, ਆਮ ਲੋਕਾਂ ਵੱਲੋਂ? ਉੱਥੇ ਵੀ ਲੋਕਾਂ ਨੂੰ, ਕਿਉਂਕਿ ਜਿਹੜਾ ਪਲੇਅਰ ਵਧੀਆ ਖੇਡਦਾ ਜਾਂ ਵਧੀਆ ਖੇਡਦਾ ਉਹਦਾ ਮਾਣ ਸਨਮਾਨ ਮਿਲਦਾ ਹੀ ਮਿਲਦਾ, ਅੱਛਾ, ਆਟੋਮੈਟਿਕਲੀ ਉਹ ਤਾਂ ਹੁੰਦਾ, ਆਪਾਂ ਨੂੰ ਵੀ ਪਤਾ, ਜਦ ਜਦੋਂ ਪਲੇਅਰ ਤਕੜਾ ਹੁੰਦਾ ਗਾ ਉਹਨੂੰ ਪਿਆਰ ਲੋਕ ਦਿੰਦੇ ਹੀ ਆ। ਬਿਲਕੁਲ, ਹਾਂ, ਗੱਲਾਂ ਬਾਤਾਂ ਤੁਹਾਡੇ ਇਸ ਅੱਜ ਦੀ ਗੱਲਬਾਤ ਬਾਰੇ ਕਰੀਆਂ, ਮੈਂ ਚਾਹੂੰਗਾ ਦਰਸ਼ਕਾਂ ਨੂੰ ਆਪਾਂ ਤੁਹਾਡਾ ਉਹ ਸਕੂਲ ਵੀ ਵਿਖਾਇਆ, ਇਹ ਗਰਾਊਂਡ ਵੀ ਵਿਖਾਇਆ, ਘਰੇ ਵੀ ਚੱਲੀਏ ਜਿੱਥੇ ਤੁਹਾਡਾ ਜਨਮ ਹੋਇਆ, ਤੁਹਾਡੇ ਉਸ ਪਰਿਵਾਰ 'ਚ ਅਤੇ ਤੁਹਾਡੇ ਮਾਣ ਸਨਮਾਨਾਂ ਦੀ। ਹਾਂ ਵੀਰੇ, ਜ਼ਰੂਰ ਚੱਲੀਏ, ਚਲੋ ਚਲੋ ਚਲੋ। ਬਾਈ ਏਕਮ ਟੂਰ ਦੇ ਬਿਲਕੁਲ ਘਰ ਦੇ ਸਾਹਮਣੇ ਪਹੁੰਚ ਗਏ ਹਾਂ ਗਰਾਊਂਡ ਤੋਂ ਦੋਸਤੋ ਅਸੀਂ, ਅਤੇ ਬਾਈ ਦੇ ਨਾਲ ਇੱਥੇ ਵੀ 2-4 ਗੱਲਾਂ ਬਾਤਾਂ ਕਰਾਂਗੇ ਅਤੇ ਬਾਈ ਦਾ ਘਰ ਦਿਖਾਉਂਦੇ ਹਾਂ ਤੁਹਾਨੂੰ। ਆਜੋ, ਚਲੋ, ਆਜੋ, ਜ਼ਰੂਰ ਆਜੋ ਵੀਰੇ। ਬਾਈ ਸ਼ੁਰੂ ਤੋਂ ਇਸੇ ਘਰ 'ਚ ਹੀ ਰਹਿੰਦੇ? ਹਾਂ ਵੀਰੇ, ਇੱਥੇ ਆ ਜੀ ਆਪਣਾ ਘਰ 'ਚ, ਪਹਿਲਾਂ ਹੋਰ ਸੀ, ਹੁਣ ਬਾਅਦ 'ਚ ਪਾਇਆ ਆਪਾਂ। ਅੱਛਾ, ਬਚਪਨ 'ਚ ਕਿਤੇ ਹੋ ਰਹਿੰਦੇ? ਨਹੀਂ, ਰਹਿੰਦੇ ਇੱਥੇ ਸੀ, ਘਰ ਜਾਣ ਕੇ ਨਵਾਂ ਪਾਇਆ ਦੁਬਾਰਾ। ਅੱਛਾ, ਜਾਨੀ ਪਹਿਲਾਂ ਪੁਰਾਣਾ ਘਰ ਹੁੰਦਾ? ਪਹਿਲਾਂ ਪੁਰਾਣਾ ਘਰ ਹੁੰਦਾ, ਉਸ ਤੋਂ ਬਾਅਦ ਫਿਰ ਕਬੱਡੀ 'ਚ ਜਦੋਂ ਸਟਾਰ ਬਣੇ ਉਦੋਂ ਹੀ ਪਾਇਆ? ਉਦੋਂ ਬਾਅਦ ਪਾਇਆ। ਹਾਂ, ਉਦੋਂ ਬਾਅਦ ਪਾਇਆ। ਹਾਂ ਬਾਈ, ਮੈਂ ਚਾਹੁੰਦਾ ਉਹ ਜਗ੍ਹਾ ਦੇਖੀਏ ਜਿੱਥੇ ਤੁਹਾਡੇ ਮਾਣ ਸਨਮਾਨ ਟਰਾਫੀਆਂ, ਇੰਨੇ ਸਨਮਾਨ, ਏਕ ਬਲੀ ਤਾਂ ਬਹੁਤ ਹੋਏ ਹੋਣਗੇ। ਹਾਂ ਹਾਂ, ਕਿੱਥੇ ਪਏ ਨੇ? ਆਜੋ ਵੀਰ ਜੀ, ਉੱਪਰ ਪਏ ਹੋਣ ਸਾਰੇ, ਅਲੱਗ ਹੀ ਕਮਰਾ ਟਰਾਫੀਆਂ ਵਾਸਤੇ। ਅੱਛਾ ਅੱਛਾ ਅੱਛਾ। ਸਾਰੇ ਸਨਮਾਨ ਇੱਥੇ ਹੀ ਰੱਖੇ ਹੋਏ ਨੇ? ਹਾਂ ਵੀਰੇ, ਆ ਰੱਖੇ ਹੋਏ ਨੇ, ਬਾਕੀ ਉਧਰ ਨਾਨਕ ਦੇ ਘਰ ਆ, ਕੁਛ ਨਰਪੈ ਦੇ ਘਰੇ ਆ ਬਸ, ਹਨਾ, ਇੱਥੇ ਤੁਸੀਂ ਅਲੱਗ ਅਲੱਗ ਜਿੱਥੇ ਜਿੱਥੇ ਰਹਿੰਦੇ ਹੋ? ਹਾਂ ਹਾਂ, ਜਿੱਥੇ ਇੱਥੇ ਰਹਿੰਦੇ ਹੋ। ਬਈ ਜਦੋਂ ਜਿਵੇਂ ਤੁਸੀਂ ਦੱਸਿਆ ਸੀ ਇੰਟਰਵਿਊ ਦੇ ਸ਼ੁਰੂ 'ਚ, ਬਈ ਤੁਸੀਂ ਜਿਹੜੇ ਓਪਨ ਤੋਂ ਖੇਡਣਾ ਸ਼ੁਰੂ ਕੀਤਾ, ਇਹ ਸਾਰੇ ਸਨਮਾਨ ਬਸ ਓਪਨ ਦੇ ਤੇ ਅਕੈਡਮੀਆਂ ਦੇ ਹੀ ਆ ਤੁਹਾਡੇ? ਨਹੀਂ, ਕੈਨੇਡਾ ਦੇ ਬੈਸਟ ਨਿਕਲੇ, ਹਾਂ 3-4 ਜਿਹੜੇ ਪਹਿਲੇ ਮੂਰੇ ਪਏ। ਅੱਛਾ, ਇਹ ਕੈਨੇਡਾ ਦੇ ਜਦੋਂ ਬੈਸਟ ਨਿਕਲੇ? ਜਦੋਂ ਕੈਨੇਡਾ ਤੋਂ ਬੈਸਟ ਨਿਕਲੇ ਸੀ, ਜਿੰਨੇ ਵਾਰੀ ਬੈਸਟ ਨਿਕਲਾ।
ਜਦੋਂ ਪਹਿਲਾਂ ਲੈ ਕੇ ਆਉਂਦੇ ਸੀ ਸਨਮਾਨ ਉਦੋਂ ਸਾਰੇ ਕਿਤੇ ਇੱਕ ਜਗ੍ਹਾ ਰੱਖ ਲੈਂਦੇ ਸੀ ਜਦੋਂ ਘਰ ਪਾਇਆ ਫੇਰ ਚਿਣੇ ਆ ਇੱਥੇ ਫੇਰ ਹਾਂ ਫੇਰ ਅਲੱਗ ਹੋ ਜਾਂਦੇ ਪਹਿਲਾਂ ਸਾਫ ਸਾਫ ਰੱਖੀ ਜਾਂਦੇ ਸੀ ਹੋਰ ਹੋਰ ਜੀ ਪਹਿਲਾਂ ਹੁਣ ਤਾਂ ਸਾਨੂੰ ਜਿੱਦਾਂ ਥੋੜੀਆਂ ਜਿਹੀਆਂ ਟਰਾਲੀਆਂ ਨਾਨਕਰੇ ਉੱਧਰ ਚਲੋ ਆਪ ਤਾਂ ਵੀ ਨਵਾਂ ਘਰ ਪਾਇਆ ਸੀ ਅੱਛਾ ਉੱਧਰ ਲੈ ਕੇ ਹੁਨਰ ਪੈ ਲੈ ਗਿਆ ਬੇਬੇ ਹੁਣੀ ਟਰਾਫੀਆਂ ਵੇਖ ਵੇਖ ਸਾਂਭ ਸਾਂਭ ਰੱਖਦੇ ਹੋਣਗੇ ਵੀ ਪੁੱਤ ਅੱਜ ਫੇਰ ਜਿੱਤ ਲਿਆ ਫੇਰ ਜਿੱਤ ਲਿਆ ਆਹ ਹੁਣ ਮਿਲਿਆ ਮੈਨੂੰ ਰਾਊਟ ਹੀ ਅੱਛਾ ਇਹ ਜਿਹੜਾ ਵੱਡਾ ਸਨਮਾਨ ਪਿਆ ਜੀ 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 ਓਕੇ ਬਾਈ ਏਕਮ ਬਾਈ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀ ਜ਼ਿੰਦਗੀ ਦੀਆਂ ਕੀਤੀਆਂ ਨੇ ਹਾਂਜੀ ਹਾਂਜੀ ਤੇ ਮਨ ਦੇ ਵਿੱਚ ਸੰਤੁਸ਼ਟ ਹੋ ਪੂਰਾ ਵੀ ਅੱਜ ਤੱਕ ਜਿੱਥੇ ਤੱਕ ਪਹੁੰਚਣਾ ਸੀ ਜੋ ਹਾਸਲ ਕਰਨਾ ਸੀ ਜੋ ਚਾਹੀਦਾ ਸੀ ਪਰਮਾਤਮਾ ਨੇ ਦਿੱਤਾ ਏਕਮ ਅਠੂਰ ਨੂੰ ਹਾਂ ਵੀਰੇ ਆਪਾਂ ਪੂਰੇ ਸੰਤੁਸ਼ਟ ਆ ਕਬੱਡੀ ਤਾਂ ਆਪਾਂ ਨੂੰ ਬਹੁਤ ਦੇਣ ਦਿੱਤੀ ਆ ਹਨਾ ਜਿੱਥੇ ਵੀ ਜਾਈਦਾ ਹੁਣ ਕਬੱਡੀ ਬਹੁਤ ਇੰਨੀ ਜ਼ਿਆਦਾ ਕੰਮ ਆ ਰਹੀ ਆ ਬਹੁਤ ਜ਼ਿਆਦਾ ਅੱਛਾ ਹਾਂ ਜਿਹੜੇ ਨਵੇਂ ਪਲੇਅਰ ਨੇ ਬਾਈ ਅੱਜ ਕੱਲ੍ਹ ਖਿਡਾਰੀ ਚਾਹੁੰਦੇ ਨੇ ਵੀ ਯਾਰ ਹੁਣੇ ਤਕੜੇ ਹੋ ਜਾਈਏ ਅੱਜ ਹੀ ਤਕੜੇ ਮੈਚਾਂ ਦੇ ਵਿੱਚ ਪ੍ਰਦਰਸ਼ਨ ਕਰੀਏ ਜਾਂ ਚੰਗੀ ਕਲੱਬ ਵੱਲੋਂ ਖੇਡੀਏ ਨਵੇਂ ਉੱਠ ਰਹੇ ਮੁੰਡਿਆਂ ਨੂੰ ਏਕਮ ਕੀ ਕਹਿਣਾ ਚਾਹੁੰਦਾ ਕਿਉਂਕਿ ਹਰੇਕ ਸੋਚੂਗਾ ਵੀ ਯਾਰ ਇੰਟਰਵਿਊ ਤਾਂ ਦੇਖੀ ਏਕਮ ਦੀ ਗੱਲ ਜ਼ਰੂਰ ਸੁਣਨੀ ਸੀ ਨਵੇਂ ਖਿਡਾਰੀਆਂ ਲਈ ਕੀ ਕਹਿਣਾ ਚਾਹੁੰਦਾ ਨਵੇਂ ਪਲੇਅਰਾਂ ਨੂੰ ਮੈਂ ਇਹੀ ਕਹਿੰਦਾ ਜਿਹੜੇ ਨਵੇਂ ਪਲੇਅਰਾਂ ਨੂੰ ਆਏ ਆ ਵੀ ਅਸੀਂ ਅੱਜ ਕਬੱਡੀ ਖੇਡਣ ਲੱਗੇ ਕੱਲ੍ਹ ਨੂੰ ਸਟਾਰ ਬਣ ਜਾਈਏ ਹਾਂ ਹਨਾ ਇਹ ਪ੍ਰੋਡਕਟਾਂ ਦਾ ਸਹਾਰਾ ਲੈਂਦੇ ਆ ਬਿਲਕੁਲ ਪਰ ਉਹਨਾਂ ਨੂੰ ਚਾਹੀਦਾ ਇਹ ਚੀਜ਼ ਨਹੀਂ ਚਾਹੀਦੀ ਉਹਨਾਂ ਨੂੰ ਮਿਹਨਤ ਮੁੱਖ ਰੱਖਣੀ ਚਾਹੀਦੀ ਆ ਵੀ ਹਨਾ ਵੀ ਮਿਹਨਤ ਲਾ ਕੇ ਵੀ 2-4 ਸਾਲ 'ਚ ਪਲੇਅਰ ਪੂਰਾ ਪ੍ਰੋਪਰ ਤਿਆਰ ਹੁੰਦਾ ਬਿਲਕੁਲ ਬਿਲਕੁਲ ਹੁਣ ਪਲੇਅਰ ਕੀ ਕਰਦੇ ਆ ਪਲੇਅਰ ਪ੍ਰੋਡਕਟ ਖਾ ਕੇ ਜੀ ਅਬਲਾ ਸਬਲਾ ਖਾ ਕੇ ਵੀ ਮੈਂ ਛੇਤੀ ਤਿਆਰ ਹੋ ਜਾਂ ਰਾਤੋਂ ਰਾਤ ਤਕੜੇ ਹੋਣ ਨੂੰ ਫਿਰਦੇ ਆ ਉਹ ਚੀਜ਼ ਉਹਨਾਂ ਵਾਸਤੇ ਮਾੜੀ ਆ ਮੈਨੂੰ ਮੈਂ ਤਾਂ ਇਹੀ ਰਾਏ ਦਿੰਦਾ ਹੁਣ ਪਲੇਅਰਾਂ ਨੂੰ ਅਕਸਰ ਹੀ ਜੀ ਵੀ ਗਰਾਊਂਡ ਵਰਕ ਕਰੋ ਵੱਧ ਤੋਂ ਵੱਧ ਮਿਹਨਤ ਲਾਓ ਮਿਹਨਤ ਉੱਤੇ ਕੋਈ ਚੀਜ਼ ਨਹੀਂ ਹੈਗੀ ਬਾਈ ਬਹੁਤੇ ਅੱਜ ਕੱਲ੍ਹ ਖਿਡਾਰੀ ਦੇਖੀ ਦੇ ਆ ਉਹ ਜਿੰਮ ਜ਼ਿਆਦਾ ਜਾਂਦੇ ਨੇ ਜਿਵੇਂ ਤੁਸੀਂ ਪ੍ਰੋਡਕਟਾਂ ਦੀ ਗੱਲ ਕੀਤੀ ਜਾਂ ਕੁਛ ਵੀ ਉਹ ਵਰਤਦੇ ਨੇ ਜਿੰਮ ਬਹੁਤ ਜਾਂਦੇ ਨੇ ਖਿਡਾਰੀ ਤੁਹਾਡੇ ਵਾਂਗੂ ਗਰਾਊਂਡ 'ਚ ਘੱਟ ਦੇਖਦੇ ਨੇ ਹਾਂ ਪਰ ਜਿੰਮ ਚਲੋ ਜਿੰਮ ਵੀ ਜ਼ਰੂਰੀ ਆ ਪਰ ਜ਼ਿਆਦਾ ਗਰਾਊਂਡ ਵਰਕ ਜ਼ਰੂਰੀ ਆ ਕਬੱਡੀ ਲਈ ਕਬੱਡੀ ਲਈ ਖਾਸ ਕਰਕੇ ਬਿਲਕੁਲ ਜਿੰਮ ਦਾ ਬਹੁਤ ਘੱਟ ਰੋਲ ਆ ਕਬੱਡੀ 'ਚ ਹਾਂ ਜਿਵੇਂ ਤੁਸੀਂ ਦੱਸਿਆ ਸੀ ਕਿ ਤੁਸੀਂ ਆਪਣਾ ਕੋਈ ਉਸਤਾਦ ਨਹੀਂ ਸੀ ਤੁਹਾਡਾ ਤੁਸੀਂ ਖੁਦ ਹੀ ਆਪਣੇ ਭਰਾਵਾਂ ਨੂੰ ਵੇਖ ਕੇ ਜਾਂ ਕਬੱਡੀ ਨੂੰ ਵੇਖ ਵੇਖ ਕੇ ਤੁਹਾਡੇ ਅੰਦਰ ਇਹ ਚੀਜ਼ ਆਈ ਹਾਂਜੀ ਹਾਂਜੀ ਇੱਕ ਉਸਤਾਦ ਦਾ ਕਿੰਨਾ ਕੁ ਰੋਲ ਮੰਨਦੇ ਹੋ ਇੱਕ ਖਿਡਾਰੀ ਨੂੰ ਜ਼ਿੰਦਗੀ ਦੇ ਵਿੱਚ ਸਫਲ ਬਣਾਉਣ 'ਚ ਇਹ ਜੀ ਸਿਆਣਿਆਂ ਨੇ ਵੀ ਗੱਲ ਕਹੀ ਹੈ ਬਿੱਟੂ ਭਰਾ ਦੇਖ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ ਹਨਾ ਬਿਲਕੁਲ ਗੁਰੂ ਦਾ ਹੋਣਾ ਬੰਦੇ ਦਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੀ ਬਹੁਤ ਜ਼ਿਆਦਾ ਗੁਰੂ ਬਿਨਾਂ ਜਮੇ ਗਿਆਨ ਨਹੀਂ ਹੁੰਦਾ ਜੀ ਹਾਂ ਇਹ ਚੀਜ਼ਾਂ ਦਾ ਸਾਨੂੰ ਬਾਅਦ 'ਚ ਪਤਾ ਲੱਗਦਾ ਹੋਣਾ ਜ਼ਰੂਰੀ ਆ ਹੋਣਾ ਜ਼ਰੂਰੀ ਆ ਇੱਕ ਚੰਗੇ ਉਸਤਾਦ ਦੀਆਂ ਜਿਹੜੀਆਂ ਚੰਡਾਂ ਉਹ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਆ ਵੀਰੇ ਬਹੁਤ ਜ਼ਰੂਰੀ ਬਿਲਕੁਲ ਬਾਈ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਦੇ ਫਿਰ ਸਮਾਂ ਮਿਲਿਆ ਤੁਹਾਡੀ ਜ਼ਿੰਦਗੀ 'ਤੇ ਫਿਰ ਖੁੱਲ੍ਹੀ ਗੱਲਬਾਤ ਕਰਾਂਗੇ ਅਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸਾਨੂੰ ਖੁੱਲ੍ਹਾ ਸਮਾਂ ਦਿੱਤਾ ਇੱਕ ਮੇਰੇ ਤਹਿ ਦਿਲੋਂ ਧੰਨਵਾਦ ਆ ਤੁਹਾਡਾ ਧੰਨਵਾਦ ਦੋਸਤੋ ਇਹ ਸੀ ਸਾਡੀ ਗੱਲਬਾਤ ਬਾਈ ਏਕਮ ਹਠੂਰ ਦੇ ਨਾਲ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਦੁਨੀਆ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਚੋਟੀ ਦਾ ਕਬੱਡੀ ਖਿਡਾਰੀ ਬੜੇ ਚਿਰਾਂ ਤੋਂ ਦਰਸ਼ਕਾਂ ਦੀ ਰੀਸ ਸੀ ਕਿ ਏਕਮ ਦੇ ਨਾਲ ਕੋਈ ਗੱਲਬਾਤ ਕਰਕੇ ਉਸਨੂੰ ਸਾਹਮਣੇ ਲਿਆਂਦਾ ਜਾਵੇ ਸਾਡੀ ਡੇਲੀ ਵਾਜ 'ਤੇ ਅੱਜ ਇਹ ਕੋਸ਼ਿਸ਼ ਸੀ ਅਗਲੀ ਵਾਰੀ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਮਿਲਾਂਗੇ ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲੇ ਦਿਓ ਇਜਾਜ਼ਤ ਧੰਨਵਾਦ